ਸਰਪੰਚ ਹੋ ਕੇ ਆਪਣੇ ਆਪ ਨੂੰ ਕਿੰਨੇ ਨੰਬਰ ਦਿੰਦੇ ਹੋ? ਮੈਂ ਤਾਂ ਆਪਣੇ ਆਪ ਨੂੰ 100 ਨੰਬਰ ਹੀ ਦਿੰਦਾ ਜੀ। 100 ਨੰਬਰ ਕਿਉਂ ਦਿੰਦੇ ਹੋ? ਵੀ ਕੰਮ ਜਿੰਨੇ ਸੀਗੇ ਜੀ ਤਕਰੀਬਨ ਜਿਵੇਂ ਕਈ ਲੋਕ ਆਪਾਂ ਕਰੀਏ। ਅਤੇ ਇਹਨਾਂ ਨੇ ਗੁਰਦੁਆਰਾ ਹੀ ਕੀਤਾ ਨਾ? ਫਿਰ ਬਹਿ ਕੇ ਰਾਬਤਾ ਕਾਇਮ ਕੀਤਾ ਸਾਰੇ ਬੰਦੇ ਨਾਲ, ਰਹਿੰਦੇ ਸਰਾਂ ਨੂੰ ਸਮਝਾਇਆ। ਸੋ ਸਰਪੰਚ ਸਾਹਿਬ, ਇਹਦੇ ਲਈ ਤਾਂ ਮੈਂ ਤੁਹਾਨੂੰ 100 ਨੰਬਰ ਦੇ ਸਕਦੀ ਹਾਂ। ਅਤੇ ਮੜੀਆਂ ਅਜੇ ਕਿਉਂ ਦੋਏ? ਉੱਧਰ ਵੀ ਦੁਆਰ ਇੱਕੋ ਜਾਣਾ ਚਾਹੀਦਾ ਹੈ। ਕੋਈ ਮਸਲਾ ਨਹੀਂ ਉਠਾਇਆ ਜੀ ਕਦੇ। ਕੰਮ ਬਹੁਤ ਹੀ ਵੱਧ ਗਿਆ, ਪਾਰਟੀ ਬਾਜੀ ਬਣ ਗਈ। ਇੱਥੋਂ ਤੀਕਰ ਕੇ ਬੰਦਿਆਂ ਦੇ ਕਤਲਾਂ ਹੋਣ ਤੀਕਰ ਕਾਲੀ ਜਾਵੜੀ। ਬੰਦੇ ਬਦਲਦੇ ਆ, ਸਿਸਟਮ ਉਹੀ ਰਹਿੰਦਾ ਜੀ। ਉਹਨਾਂ ਦਾ ਗੁਰਦੁਆਰੇ ਬਣਾ, ਗੁਰਦੁਆਰੇ ਬਣਾ ਦਾ ਫਰਕ ਕੀ ਪਾ? ਉਹਨਾਂ ਕੀ ਮਤਲਬ ਪਾੜ ਪੈਂਦਾ ਜੀ? ਉਹ ਜੱਟਾਂ ਦਾ, ਉਹ ਗਰੀਬਾਂ ਦਾ, ਉਹ ਫਲਾਣੇ ਦਾ ਟੈਂਪਰ, ਉਹ ਫਿਰ ਉਹ ਗਲਤ ਹੋ ਜਾਂਦਾ ਜੀ। ਅੱਛਾ, ਉਹਦੇ ਨਾਲ ਸਾਡਾ ਜਿਹੜਾ ਵੀ ਆਪ ਦਾ ਲੈਵਲ ਕਰਦਾ। ਪਿੰਡ ਵਾਲਿਆਂ ਨੇ ਆਪ ਹੀ ਕਬਜ਼ੇ ਕੀਤੇ ਹੋਏ। ਪਿੰਡ ਦੀ ਤੋਂ ਲੇਡੀ ਹੈ, ਉਹ ਕਬਜ਼ਾ ਕਰੀ, ਪਰ ਸਰਪੰਚ ਨੂੰ ਪਰੇਸ਼ਾਨ ਕਰ ਰਹੀ। ਚਲੋ ਬੈਠ ਚਲੇ ਆਂ। ਜਨਾਨੀ ਨਹੀਂ, ਤਾਕਤਵਰ ਸਿਆਸੀ ਬੈਕਗ੍ਰਾਉਂਡ ਹੈ। ਨਹੀਂ, ਸਿਆਸੀ ਨਹੀਂ ਜੀ। ਹਾਂ, ਸਿਆਸੀ ਬੈਕਗ੍ਰਾਉਂਡ ਕਹਿ ਸਕਦੇ ਆਪਾਂ। ਕਹਿ ਕੀ ਸਕਦੇ ਆ, ਹੈ ਜਾਂ ਨਹੀਂ ਹੈ? ਕਿਹੜੀ ਪਾਰਟੀ ਹੈ? ਅਕਾਲੀ ਦਲ ਦੀ ਹੈ। ਕਿਆ ਹੈ, ਤੁਸੀਂ ਨਾਂ ਲਾਉਣਾ ਵੀ ਜਿਹੜੀ ਗੱਲ ਅਕਾਲੀ ਦਲ ਦਾ ਬੰਦਾ, ਅਕਾਲੀ ਦਲ ਦਾ ਬੰਦਾ ਹੈ ਜੀ। ਮੈਨੂੰ ਕੀ ਪਤਾ ਉਹ ਬੋਲਦਾ ਹੈ ਨਾਂ ਲਗਾ ਦਿੰਦਾ ਕਿ ਉਹ ਤੁਸੀਂ ਅਕਾਲੀ ਦਲ ਦਾ, ਅਕਾਲੀ ਦਲ ਦਾ ਕਿਹੜਾ ਬੰਦਾ ਬੋਲ ਰਿਹਾ ਹੈ? ਉਹ ਸਰਪੰਚ ਦਾ ਨਾਮ ਲੈਂਦੀ ਅਕਾਲੀ ਦਲ ਦੀ ਸਾਹਮਣੇ। ਨਾਮ ਲੈਣ ਦਾ ਜੋ ਕੋਈ ਸਾਹਬ ਦਾ ਸਰਪੰਚ ਨਹੀਂ, ਨਾਂ ਲੈਣ ਨੂੰ ਤਾਂ ਮੈਂ ਸੇਮੇ ਥੋੜਿਆ ਸੇਮੇ ਦੀ ਗੱਡੀ 'ਚ ਬੈਠ ਕੇ ਰਹਿੰਦੀ ਹੈ। ਇੱਥੇ ਪੁਲਿਸ ਹੈਗੀ ਹੈ ਕਿ ਨਹੀਂ ਹੈਗੀ? ਆ ਜਾਂਦੀ ਹੈ ਸੇਮੇ ਦੀ ਗੱਡੀ 'ਚ ਬੈ ਕੇ ਉਹ ਜਾਂਦੀ ਹੈ ਜਿਹੜੀ ਜਨਾਨੀ ਨੇ ਗੱਲ ਕਰਦਾ ਜੀ। ਨਸ਼ੇ ਦੇ ਮੁੱਦੇ ਤੇ ਆਉਂਦੇ, ਇੱਥੇ ਨਸ਼ਾ ਵਿਕਦਾ ਹੈਗਾ ਵਾਧੂ ਦੇ ਵਰਦੇ, ਵਾਧੂ ਨਸ਼ਾ ਖਾਂਦੇ ਵਾਧੂ। SHO ਸਦਨ ਨੂੰ ਮਿਲਿਆ, SSP ਸਾਹਿਬ ਨੂੰ ਮਿਲਿਆ ਜੀ, ਚੌਂਕੀ ਵੀ ਗਏ ਆ। ਸਰਕਾਰ ਨੇ ਕਹਿਤਾ ਜੀ ਕਮੇਟੀ ਬਣਾਓ, ਪੰਚਾਇਤ ਨੇ ਕਮੇਟੀ ਬਣਾ ਦੀ। ਆਹੀ ਬੰਦੇ ਸਾਰੇ ਬੈਠੇ ਨਾ ਸੀ, ਸਾਰੇ ਸੀ ਕਮੇਟੀ ਬਣਾਈ ਸੀ, ਗੁਰਦੁਆਰੇ ਬਣਾਈ ਸੀ ਨਸ਼ੇ ਪ੍ਰਤੀ। ਗੋਲੀਆਂ ਰੱਖੀਆਂ ਸੀਗੇ ਜੀ, ਸੱਟਾ ਗੋਲੀਆਂ ਦਾ ਪਾਤਾ ਸੀਗਾ ਜੀ, ਵਿੱਚ ਮੇਰਾ ਨਾਮ ਵੀ ਸੀ, ਇਹਦਾ ਵੀ ਸੀ। ਤੁਸੀਂ ਨਸ਼ੇ ਵਾਲੇ ਦੇ ਖਿਲਾਫ ਬੋਲੇ ਸੀ? ਹਾਂਜੀ, ਜਦੋਂ ਅਸੀਂ ਵਾਪਸ ਆਏ ਸਰਪੰਚ ਚੱਕ ਕੇ ਹਵਾਲਾ ਚਿੰਤਾ ਤੋਂ ਬਾਅਦ, ਸ਼ਾਮ ਨੂੰ 8 ਵਜੇ ਤੀਕਰ ਜਦੋਂ ਪੂਰਾ ਕੰਮ ਵਧਣ ਦੇ ਕੰਮ ਆਇਆ, ਫਿਰ ਉਹਨੇ ਛੱਡਿਆ। ਉਹੀ MLA ਸਾਹਿਬ ਮਗਰੋਂ ਫੋਨ ਫਾਨ ਕੀਤੇ, ਉਹ ਵੀ ਅਸੀਂ ਕਿਹਾ ਜੀ ਅਸੀਂ ਧਰਨੇ ਲਾਉਂਦੇ ਹਾਂ ਜਾਂ ਸਾਨੂੰ ਪ੍ਰੂਫ ਦਿਓ ਵੀ ਸਾਡੇ ਬੰਦੇ ਕੋਲ ਲੱਭਿਆ ਕੀ ਹੈ। ਸਾਡੇ ਪਿੱਛੇ ਕਿਸੇ ਨੇ ਸਟੈਂਡ ਹੀ ਲਿਆ, ਪਤਾ ਨਹੀਂ ਕੀਤਾ ਵੀ ਖਾ ਤੋਂ ਤੁਹਾਡਾ ਨਾਂ ਆਇਆ, ਕੀ ਗੱਲ ਆ ਕੀ ਨਹੀਂ। ਸਾਡੇ ਦੇ ਬੰਦੇ ਨੂੰ ਗੋਲੀਆਂ ਕਹਿੰਦੇ, ਗੋਲੀਆਂ ਹੀ ਦੇ ਅਸੀਂ MLA ਸਾਹਿਬ ਕੋਲ ਵੀ ਗਏ। ਇਹ ਗੱਲ ਨਸ਼ੇ ਪ੍ਰਤੀ ਕਿ ਅਸੀਂ ਤੁਹਾਡੇ ਪਿੱਛੇ ਤੁਰੇ ਜੀ, ਤੁਸੀਂ ਕਿਹਾ ਅਸੀਂ SHO ਸਾਹਿਬ ਕੋਲ ਗਏ, SSP ਸਾਹਿਬ ਕੋਲ ਗਏ, ਨਸ਼ਾ ਪ੍ਰਤੀ ਅਸੀਂ ਤੁਰੇ ਸੀ। ਤੁਹਾਨੂੰ ਜੇਲ੍ਹ 'ਚ ਪਾਤਾ? ਕਿਤੇ ਬੈਠੇ ਆ ਜੀ, ਬੈਠੇ ਆ ਜੀ। ਇੱਕ ਦਿਨ ਹਵਾਲਾ ਚੈੱਕ ਕਰਨਾ, ਤੁਹਾਡੇ ਉੱਤੇ ਕੋਈ ਗੋਲੀ ਮਿਲੀ ਸੀ? ਪਾਉਂਦੇ ਨਹੀਂ, ਮਿਲੀ ਨਹੀਂ ਸੀ, ਘਰੋਂ ਬੈਠਾ ਮੈਂ ਤਾਂ ਗਿਆ ਜੀ। MLA ਨਹੀਂ ਆਇਆ? ਨਹੀਂ ਆਇਆ, ਵੇਖੋ ਝਾੜੂ ਵਾਲੇ ਬੰਦੇ ਬੈਠੇ ਆਏ ਮੈਡਮ, ਝਾੜੂ ਵਾਲੇ ਬੰਦੇ ਖੜੇ ਆ, ਕਰੀ ਕਹਿ ਦੇਣ ਉਹ ਸਾਥਰੇ ਵਿੱਚ ਆ ਗਏ। ਨਹੀਂ ਆਇਆ, ਨਹੀਂ ਆਇਆ, ਝਾੜੂ ਵਾਲੇ ਆ ਬੰਦੇ ਨਹੀਂ ਆਇਆ, ਬਹੁਤ ਮਾੜੀ ਗੱਲ ਹੈ। ਕਿਸੇ ਵੀ ਪਾਰਟੀ ਦਾ ਭੋਗ ਤੇ ਵਿਆਹ ਦੇ ਵੀ ਨਹੀਂ ਆਏ, ਉਹਨਾਂ ਦੇ ਪਿੰਡ ਹੀ ਨਹੀਂ ਆਏ। ਭੋਗ ਤਾਂ ਆਏ ਜਿਹੜੀ ਭੋਗ ਤੇ ਆਉਂਦੇ ਮੈਡਮ, ਕਿਉਂਕਿ ਪਿੰਡ ਵਾਲੇ ਕੁਛ ਮੰਗਣਗੇ ਉਹਨਾਂ ਤੋਂ, ਆਏ ਜਿਹਨੂੰ ਮਰਜ਼ੀ ਚੁਣ ਲਗੇ ਜੀ। ਜਿੰਨਾ ਚਿਰ ਲੋਕ ਅਵੇਅਰ ਨਹੀਂ ਹੁੰਦੇ, ਸਰਕਾਰਾਂ ਐਵੇਂ ਦੀਆਂ ਹੀ ਰਹਿਣਗੀਆਂ ਤੇ ਆਪੇ ਕੰਮ ਚੱਲ ਜਾਣਗੇ। ਬਣਾਓਗੇ ਜਿਹਨੂੰ ਮਰਜ਼ੀ ਬਣਾ ਲਓ ਜੀ, ਕੋਈ ਫਰਕ ਕੀ ਫਰਕ ਪੈਂਦਾ ਜੀ? ਕੁਰਸੀ ਉਹ ਕੰਮ ਮੋਦੀ ਜੀ ਬਣਨਗੇ, ਪੰਜਾਬ ਚ ਮੋਦੀ ਦੀ ਸਰਕਾਰ ਨਹੀਂ ਆਉਂਦੀ ਜੀ। ਸਪੋਕਸਮੈਨ ਦੀ ਸੱਤ ਗੋਨਿਆਣਾ ਮੁਕਤਸਰ ਸਾਹਿਬ ਦੇ ਪਿੰਡ ਆਈ ਹੈਗੀ ਹੈ, ਤੇ ਇੱਥੇ ਮੈਨੂੰ ਇੱਕ ਬਜ਼ੁਰਗ ਨੇ ਥੋੜ੍ਹੀ ਜਿਹੀ ਆਵਾਜ਼ ਵਿੱਚ ਕਿਹਾ ਕਿ ਅੱਜ ਤਵੇ ਲਾ ਕੇ ਗੱਲ ਕਰਨੀ ਹੈ। ਸੋ ਅਸੀਂ ਵੀ ਤਿਆਰ ਹਾਂ ਕਿ ਤਵੇ ਕਿੱਦਾਂ ਲੱਗਣੇ ਹੈਗੇ ਹੈ, ਅਤੇ ਮੇਰੇ ਨਾਲ ਇੱਕ ਨੌਜਵਾਨ ਆਜ਼ਾਦ ਸਰਪੰਚ ਬੈਠੇ ਹੈ। ਅਸੀਂ ਹਰ ਪਿੰਡ ਵਿੱਚ ਜਾ ਕੇ ਸਰਪੰਚ ਦੀ ਬੜੀ ਖਿੱਚਦੇ ਹਾਂ,
ਤੇ ਪਰ ਤੁਹਾਡੇ ਤੋਂ ਪੁੱਛਦੇ ਆ ਕਿ ਤੁਹਾਡਾ ਤਜਰਬਾ 5 ਸਾਲ ਦਾ ਕਿੱਦਾਂ ਰਿਹਾ? ਸਰਪੰਚ ਹੋ ਕੇ ਆਪਣੇ ਆਪ ਨੂੰ ਕਿੰਨੇ ਨੰਬਰ ਦਿੰਦੇ ਹੋ? ਮੈਂ ਤਾਂ ਆਪ ਨੂੰ 100 ਨੰਬਰ ਹੀ ਦਿੰਦਾ ਜੀ। 100 ਨੰਬਰ ਦਿੰਦੇ ਹੋ? ਚਲੋ ਹੁਣ ਮੈਂ ਬਾਕੀਆਂ ਤੋਂ ਪੁੱਛਾਂਗੀ 100 ਨੰਬਰ ਜਾਇਜ਼ ਹੈ ਕਿ ਨਹੀਂ ਹੈ। ਹਾਂ ਪੁੱਛ ਲਓ ਜੀ। ਪਹਿਲੇ ਤਾਂ 100 ਨੰਬਰ ਕਿਉਂ ਦਿੰਦੇ ਹੋ? ਵੀ ਕੰਮ ਜਿੰਨੇ ਸੀਗੇ ਜੀ ਤਕਰੀਬਨ ਜਿਵੇਂ ਕਹੀਗੇ ਲੋਕ ਆਪਾਂ ਕਰੀਗੇ ਜੀ। ਕਿਸੇ ਨਾ ਕੋਈ ਵਿਤਕਰਾ ਨਹੀਂ। ਆਪਣੀ ਸੋਚ ਕਿੱਥੇ ਲਾਈ ਕਿ ਵੀ ਮੈਂ ਤਾਂ ਕਰਨਾ ਹੀ ਕਰਨਾ ਆਪਣੇ ਪਿੰਡ ਲਈ? ਹਾਂ ਪਹਿਲਾਂ ਸੋਚ ਕੇ ਬਣੇ ਸੀਗੇ ਜੀ। ਨਹੀਂ ਕੀ ਵਧੀਆ ਕੀਤਾ? ਬਸ ਜਿੰਨਾ ਵੀ ਡਿਵੈਲਪਮੈਂਟ ਦਾ ਸੀਗਾ ਜੀ, ਕੰਮ ਗਲੀਆਂ ਗੁਲੀਆਂ ਦਾ ਬਣਾਇਆ ਸਾਰਾ। ਅੱਛਾ ਚਲੋ, ਤੁਸੀਂ ਡਿਵੈਲਪਮੈਂਟ ਮੰਨਦੇ ਹੋ, ਪਰ ਮੈਂ ਤਾਂ ਕਹਿੰਦੀ ਆ ਜੇ ਦਾਲੀਆਂ ਗੰਦੀਆਂ ਹੋਣ, ਸੱਥ ਸੋਹਣੀ ਨਾ ਹੋਏ, ਮੈਂ ਡਿਵੈਲਪਮੈਂਟ ਨਹੀਂ ਕਵਾਂਗੀ। ਹਾਂ ਇਹ ਤਾਂ ਹੈ ਜੀ, ਬਾਕੀ ਸਾਰਿਆਂ ਦਾ ਸਹਿਯੋਗ। ਫਿਰ 100 ਨੰਬਰ ਸਹਿਯੋਗ ਵੀ ਜ਼ਰੂਰੀ ਹੈ ਨਾ ਜੀ ਸਾਰਿਆਂ ਦਾ, ਜੇ ਸਹਿਰੀ ਜਣੇ ਕਰਨ ਨਾਲ ਲੱਗ ਕੇ ਫੇਰੀਏ। ਇਸ ਪਿੰਡ ਵਿੱਚ ਇੱਕ ਚੰਗੀ ਗੱਲ ਮਿਲੀ ਕਿ ਇੱਥੇ ਗੁਰਦੁਆਰਾ ਇੱਕ ਹੈਗਾ, ਮੜੀਆਂ ਦੋ ਨੇ। ਸੋ ਉਹ ਮੈਂ ਇਹਨਾਂ ਤੋਂ ਪੁੱਛਦੀ ਹਾਂ, ਇੱਕ ਗੁਰਦੁਆਰਾ ਇੱਕ ਕਿੱਦਾਂ ਹੋਇਆ? ਪਹਿਲੇ ਇੱਥੇ ਦੋ ਸੀ ਗੁਰਦੁਆਰੇ, ਕੌਣ ਦੱਸ ਰਿਹਾ ਸੀ ਮੈਨੂੰ ਇਹ? ਇੱਕ ਹੀ ਰਿਹਾ ਜੀ ਪਹਿਲਾਂ, ਫਿਰ ਦੋ ਬਣ ਗਏ ਸੀ। ਹਾਂ ਪਹਿਲਾਂ ਇੱਕ ਗੁਰਦੁਆਰਾ ਸੀਗਾ ਜੀ, ਪਹਿਲਾਂ ਇੱਕ ਗੁਰਦੁਆਰਾ ਹੀ ਸੀਗਾ। ਇੱਥੇ ਕੁਛ ਗਲਤ ਅੰਸਰ ਆ ਗਏ ਉਹਨਾਂ ਨਾਲ, ਮਤਲਬ ਕਿ ਉਖਾੜ ਹੋ ਗਿਆ ਸਾਡਾ ਪਿੰਡ, ਉਹਦੇ ਕਰਕੇ ਦੋ ਗੁਰਦੁਆਰੇ ਬਣ ਗਏ। ਫਿਰ ਪਿੰਡ ਨਾਲ ਜਦੋਂ ਉਹ ਚੱਲੇ, ਤੁਸੀਂ ਗਲਤ ਨੂੰ ਕੀ ਕਹਿੰਦੇ ਹੋ? ਗਲਤ ਅੰਸਰ ਕੀ ਹੁੰਦੇ ਆ? ਗਲਤ ਅੰਸਰ ਇਹੀ ਹੁੰਦਾ ਵੀ ਜਦੋਂ ਆਪਾਂ ਕਿਸੇ ਨੂੰ ਖਰਾਬ ਕਰਨਾ ਤੇ ਉਹ ਨਜਾਇਜ਼ ਕਰਨਾ, ਉਹਨਾਂ ਦਾ ਗੁਰਦੁਆਰੇ ਬਣਾ, ਗੁਰਦੁਆਰੇ ਬਣਾ ਦਾ ਫਰਕ ਕੀ ਪੈਣਾ? ਉਹਨਾਂ ਕੀ ਮਤਲਬ ਪਾੜ ਪੈਂਦਾ ਜੀ? ਉਹ ਫਿਰ ਉਹਦਾ, ਉਹ ਜੱਟਾਂ ਦਾ, ਉਹ ਗਰੀਬਾਂ ਦਾ, ਉਹ ਫਲਾਣੇ ਦਾ, ਢਿੰਕਾ ਦਾ, ਉਹ ਫਿਰ ਉਹ ਗਲਤ ਹੋ ਜਾਂਦਾ ਜੀ ਉਹ। ਅੱਛਾ, ਉਹਦੇ ਨਾਲ ਸਾਡਾ ਜਿਹੜਾ ਵੀ ਆਪਦਾ ਲੈਵਲ ਗਿਰਦਾ। ਤੇ ਫਿਰ ਬਦਲਿਆ ਕਿੱਦਾਂ? ਬਦਲਿਆ ਫਿਰ ਪਿੰਡ ਜਦੋਂ ਇਹ ਸਰਪੰਚ ਸਾਹਿਬ ਬਣੇ, ਤੇ ਇਹਨਾਂ ਨੇ ਗੁਰਦੁਆਰਾ ਹੀ ਕੀਤਾ ਨਾ? ਫਿਰ ਬਹਿ ਕੇ ਰਾਬਤਾ ਕਾਇਮ ਕੀਤਾ ਸਾਰੇ ਬੰਦਿਆਂ ਨਾਲ, ਰਹਿ ਕੇ ਸਾਰਿਆਂ ਨੂੰ ਸਮਝਾਇਆ ਵੀ ਭਾਈ ਪਿੰਡ 'ਚ ਇਹ ਗੱਲ ਮਾੜੀ ਆ। ਕੁਛ ਸ਼੍ਰੋਮਣੀ ਕਮੇਟੀ ਦੀਆਂ ਚੱਲ ਰਹੀਆਂ ਸੀਗੀਆਂ ਵਿਊ ਵੀ ਭਾਈ ਇਹਨਾਂ ਨੂੰ ਇੱਕ ਕੀਤਾ ਜਾਵੇ, ਉਹ ਸਾਰਿਆਂ ਨੇ ਮਸਲਾ ਬਹਿ ਕੇ ਸਾਰੇ ਪਿੰਡ ਨੇ ਸੁਲਝ ਕੇ ਇੱਕ ਸਾਰ ਕਰ ਲਿਆ। ਸੋ ਸਰਪੰਚ ਸਾਹਿਬ, ਇਹਦੇ ਲਈ ਤਾਂ ਮੈਂ ਤੁਹਾਨੂੰ 100 ਨੰਬਰ ਦੇ ਸਕਦੀ ਹਾਂ। ਤੇ ਮੜੀਆਂ ਅਜੇ ਕਿਉਂ ਦੋਏ? ਉਧਰ ਵੀ ਦੁਆਰ ਇੱਕੋ ਜਾਣਾ ਚਾਹੀਦਾ ਹੈ। ਕੋਈ ਮਸਲਾ ਨਹੀਂ ਉਠਾਇਆ ਜੀ ਕਦੇ? ਕਿਉਂ ਵੀ ਮੈਨੂੰ ਇਹ ਦੱਸਿਆ ਗਿਆ ਵੀ ਜੱਟਾਂ ਤੇ ਤੇ ਐਸੇ ਭਾਈਚਾਰੇ ਦਾ ਵੱਖਰਾ ਵੱਖਰਾ ਬਣਾਇਆ ਹੋਇਆ ਹੈ। ਕਿਸੇ ਨੇ ਕੋਈ ਮਸਲਾ ਨਹੀਂ ਉਠਾਇਆ ਜੀ। ਗੁਰਦੁਆਰੇ ਦੀ ਗੱਲ ਕੀ, ਪਿੰਡ ਚ ਗੁਰਦੁਆਰਾ ਇੱਕ ਆ, ਬਹੁਤ ਚੰਗੀ ਗੱਲ ਆ। ਪਹਿਲਾਂ ਸਾਡੇ ਪਿੰਡ ਦੋ ਸੀ, ਕੁਛ ਵਿੱਚੋਂ ਪਿੰਡ ਦੇ ਅਨਸਰਾਂ ਨਾਲ ਹੀ ਕੰਮ ਬਹੁਤ ਹੀ ਵਧ ਗਿਆ, ਪਾਰਟੀ ਬਾਜੀ ਬਣ ਗਈ ਇੱਥੋਂ ਤੀਕਰ ਕੇ ਬੰਦਿਆਂ ਦੇ ਕਤਲਾ ਹੋਣ ਤੀਕਰ ਕਾਲਜ ਜਾਵੜੀ। ਅੱਛਾ, ਪੁਰਾਣੀ ਪੰਚਾਇਤਾਂ ਤੋਂ ਲੈ ਕੇ ਜਾਂ ਕਿਸੇ ਤੋਂ, ਮੈਂ ਵੀ ਗੱਲ ਤੋਂ ਉਸ ਗੱਲ 'ਚ, ਦੋ ਪਾਰਟੀਆਂ ਬਣ ਗਈਆਂ, ਜ਼ਮੀਨਾਂ ਆਪਣੇ ਡਾਕਟਰ ਸਾਹਿਬ ਨੂੰ ਜ਼ਮੀਨ ਦੇ ਕੇ ਗੁਰਦੁਆਰਾ ਬਣ ਗਿਆ। ਚਲੋ ਜੋ ਸਰਪੰਚ ਸਾਹਿਬ ਨਵੀਂ ਪੰਚਾਇਤ ਬਣੀ, ਮੇਰੀ ਮਦਰ ਵੀ ਇੱਕ ਪੰਚਾਇਤ ਮੈਂਬਰ ਆ ਮੌਕੇ ਦੀ, ਇਹ ਚਾਚੇ ਨੇ ਦੀ ਬਦੌਲਤ ਇਹ ਪੰਚਾਇਤ ਮੈਂਬਰ ਸਾਡਾ ਬਦੌਲਤ ਇਕੱਠੇ ਕਰ ਲਿਆ। ਚਲੋ ਬਹੁਤ ਚੰਗਾ ਹੋਇਆ, ਪਿੰਡ ਦਾ ਭਾਈਚਾਰਾ ਇਕੱਠਾ ਹੋਇਆ। ਅਸੀਂ ਤਾਂ ਇਹ ਕਹਿੰਦੇ ਪਿੰਡ ਨੂੰ ਇੱਕ ਗਰੁੱਪ ਦੀ ਤਰ੍ਹਾਂ ਇਕੱਠੇ ਹੋਣਾ ਚਾਹੀਦਾ। ਸੋ ਇਹ ਸਰਪੰਚ ਸਾਹਿਬ ਕਿਸੇ ਪਾਰਟੀ ਚੋਂ ਨਹੀਂ ਹੈ, ਇਹ ਨੌਜਵਾਨਾਂ ਦੀ ਆਵਾਜ਼ ਹੈ। ਸੋ ਨੌਜਵਾਨ ਇਕੱਠੇ ਕਿੱਦਾਂ ਹੋਏ? ਨੌਜਵਾਨ ਦੌੜ ਗਏ ਇਹਨਾਂ ਦੇ ਗੋਡੇ ਦੁੱਖ ਗਏ ਫਿਰ ਤੋਂ? ਹਾਂਜੀ। ਤੇ ਨੌਜਵਾਨ ਇਕੱਠੇ ਕਿੱਦਾਂ ਹੋਏ, ਕਿੱਥੇ ਗਏ ਨੌਜਵਾਨ? ਨੌਜਵਾਨ ਕਲੱਬ ਕੀ ਸੀਗਾ, ਆ ਜਾਓ ਦੱਸੋ। ਅਸੀਂ ਜੀ ਤਾਰ ਨਾਲ ਤਾਰ ਜੁੜਦੀ ਗਈ ਇਹ ਸਰਪੰਚ ਸਾਹਿਬ ਦੀ। ਸਾਡੇ ਕੋਲ ਡਾਕਟਰ ਸਾਹਿਬ ਨੇ, ਇਹ ਪਹਿਲਾਂ ਡਾਕਟਰ ਸਾਹਿਬ ਸੀ ਸਾਡੇ ਕੋਲ, ਇਹ ਸ਼ੋਪ ਸੀ ਇਹਨਾਂ ਦੀ। ਇਹ ਡਾਕਟਰ ਨੇ? ਹਾਂਜੀ, ਇਹ ਡਾਕਟਰ ਸਾਹਿਬ ਸੀ। ਅੱਛਾ, ਆਰਮੀ ਡਾਕਟਰ ਸਾਹਿਬ ਬਹੁਤ ਵਧੀਆ। ਇਹ ਅਸੀਂ ਹੌਲੀ ਹੌਲੀ ਮੈਜੋਰਟੀ ਬਣ ਗਈ ਜੀ। ਸਰਪੰਚ ਸਾਹਿਬ ਪਹਿਲਾਂ ਦੇ ਥੋੜ੍ਹੇ ਜਿਹੇ ਬਾਹਰ ਦੇ ਸੀ ਜੀ, ਪਿੰਡ ਤੋਂ ਬਾਹਰ, ਹੋਰ ਝੀਂਡ ਵਾਲੇ ਦੇ ਸੀ। ਅਸੀਂ ਪਿੰਡ 'ਚ ਕਿਉਂ ਨਾ ਆਪਦਾ ਹੀ ਬਣਾਇਆ ਜਾਵੇ ਸਰਪੰਚ, ਅਤੇ ਅਸੀਂ ਆਪਦੀ ਇਕੱਠਾ ਕਰੀ ਏਕਤਾ ਵੀ ਐਂ ਕਰਕੇ ਐਂ ਕਰੀ। ਸੋ ਇਹਦਾ ਫਾਇਦਾ ਹੋਇਆ ਤੁਸੀਂ ਆਪ ਬਣਾਇਆ, ਅਤੇ ਇੱਕ ਤਾਂ ਗੁਰਦੁਆਰਾ ਇੱਕ ਹੋ ਗਿਆ। ਹਾਂਜੀ। ਅਤੇ ਕੰਮ ਕਿੰਨੇ ਹੋਏ ਨੇ ਇੱਥੇ?
ਕੰਮ ਤਾਂ ਜੀ ਬਹੁਤ ਕਰੇ, ਗਲੀਆਂ ਗੁਲੀਆਂ ਸਾਰਾ ਕੰਮ ਕਰਿਆ ਜੀ, ਪਰ ਹੋਈ ਹੀ ਹੁੰਦੇ ਆ ਜੀ, ਕੰਮ ਤਾਂ ਕਰੇ ਆ, ਕੰਮ ਕਰੇ ਨਹੀਂ, ਕੰਮ ਗਲੀ ਗੁਲੀ ਕੋਈ ਨੀ ਛੱਡੀ ਜੀ, ਸਾਰੀਆਂ ਬਣਾ ਦੀਆਂ ਸਾਰੀਆਂ ਦੇ ਘਰਾਂ ਦੇ ਬਾਹਰ ਗਲੀਆਂ, ਇਹ ਤੇ ਨੀ ਕਿ ਵੀ ਇਸ ਭਾਈਚਾਰੇ ਦੇ ਖਿਲਾਫ ਹੈ, ਬਾਹਰ ਹੈ ਕਿ ਨਹੀਂ, ਸਭ ਸਾਰੇ ਪਿੰਡ ਦੇ ਬਾਹਰ ਗਲੀਆਂ ਹੈਗੀਆਂ, ਜਿਹੜੇ ਪਿੰਡ ਦੀ ਫਿਰਨੀ ਆ ਨਾ ਜੀ, ਜਿਵੇਂ ਪਿੰਡ ਘੀਰਿਆਂ ਤੋਂ ਪਛਾਣਿਆ ਜਾਂਦਾ ਹੈ, ਜੇ ਪਿੰਡ 'ਚ ਆਪਾਂ ਐਂਟਰੀ ਪਾਉਣੀ ਹੈ ਤਾਂ ਫਿਰਨੀ ਹੋਣੀ ਬਹੁਤ ਜ਼ਰੂਰੀ ਹੈ, ਫਿਰਨੀ ਦਾ ਬਹੁਤ ਮਾੜਾ ਹਾਲ ਆ, ਪਰ ਜਿਹੜੀ ਪਿੰਡ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਉਹਦੀ ਦਾਦ ਦਿੰਦੇ ਨੇ, ਇਹਨਾਂ ਨੇ ਬਾਣੀ ਸੀ, ਹਾਂਜੀ ਹਾਂਜੀ, ਕਿਉਂ ਨਹੀਂ ਪਾਏ, ਹਾਂਜੀ ਬੰਦੀ ਬਣਾਵਾਂਗੇ, ਅਜੇ ਟਾਈਮ ਹੈਗਾ, ਟਾਈਮ ਹੈਗਾ, ਅਗਲਾ ਸਰਪੰਚ ਇਹ ਬਣਾ ਰਿਹਾ ਕੋਈ ਹੋਰ ਬਣਾ ਰਿਹਾ, ਇਹ ਤਾਂ ਸਮਾਂ ਦੱਸੂਗਾ ਜੀ, ਅੱਛਾ ਅਜੇ ਵੋਟਾਂ ਵੀ, ਹਾਂ ਸਮਾਂ ਦੱਸੂਗਾ, ਇਹ ਤਾਂ ਕੰਮ ਇਹ ਤੇ ਨਹੀਂ ਹੈ ਕਿ ਇਹ ਮੁੰਡਾ ਚੰਗਾ ਕੰਮ ਕੀਤਾ, ਜਿਹੜੇ ਪਿੰਡ ਦੇ ਕੰਮ ਜਿਵੇਂ ਗਲੀਆਂ ਨਾਲੀਆਂ ਸੀ ਕੋਈ ਛੱਡੀ ਹੀ ਨਹੀਂ, ਪਰ ਹੁਣ ਪ੍ਰੋਬਲਮ ਇਹ ਆ ਵੀ ਜਿਹਦੇ ਘਰ ਮੂਹਰੇ ਗਲੀ ਬਣੀ ਆ ਨਾਲੀ ਬਣੀ ਆ, ਉਸ ਪਰਿਵਾਰ ਨੂੰ ਚਾਹੀਦਾ ਵੀ ਉਹ ਆਪ ਸਫਾਈ ਰੱਖੇ ਜੀ, ਹੁਣ ਸਰਪੰਚ ਨੇ ਆ ਕੇ ਟੋਕਰਾ ਚੱਕ ਕੇ ਤਾਂ ਉਹਨਾਂ ਦੀ ਸਫਾਈ ਕਰਨੀ ਨਹੀਂ, ਹੁਣ ਅਸੀਂ ਆਪਣੇ ਆਪ ਖਰਾਬ ਕਰ ਰਹੇ ਹਾਂ, ਸੜਕਾਂ ਤੋੜ ਰਹੇ ਹਾਂ, ਨਾਲੀਆਂ ਭੰਨ ਰਹੇ ਹਾਂ, ਇਹ ਬੇਨਤੀ ਹੈ ਬਸ ਆਪੋ ਆਪਣੀ ਆ ਜਿਵੇਂ ਸੋਚ ਹੁੰਦੀ ਆ, ਆਪੇ ਸਾਰੇ ਬੈਠੇ ਹਾਂ, ਬੀਬੀ ਤੋੜਦੇ ਆ ਕੋਈ ਆਪਣੇ ਗਲੀਆਂ 'ਚ, ਅਸੀਂ ਨਾਲੀਆਂ 'ਚ ਗੰਦ ਪਾਉਂਦੇ ਹਾਂ, ਅੱਛਾ ਕਲੋਨੀ 'ਚ, ਤੁਹਾਨੂੰ ਸਹੂਲਤਾਂ ਮਿਲੀਆਂ ਕਿ ਨਹੀਂ ਮਿਲੀਆਂ, ਪ੍ਰਧਾਨ ਮੰਤਰੀ ਕੋਈ ਇੱਥੇ ਹੈ ਗ੍ਰਾਂਟ ਆਈਆਂ, ਫਿਰ 279 ਆਈਆਂ ਸੀਗੇ, ਉਹਦੇ ਚੋਂ 25 ਦਾ ਟਾਰਗੇਟ ਮਿਲਿਆ ਸੀ, 25 ਗੁਣਾ ਗਾਣ ਆਉਣਗੇ, ਗਾਣ ਖੁੱਲਦੇ ਨੇ, ਸਾਰੇ ਜਿਹੜੇ ਪਿੰਡ ਵਿੱਚ ਕੰਮ ਹੁੰਦੇ ਉਹ ਮਨਰੇਗਾ ਵਰਕਰਸ ਤੋਂ ਹੀ ਹੁੰਦਾ ਹੈਗਾ, ਤੇ ਪੈਸੇ ਟਾਈਮ ਸਿਰ ਆਉਂਦੇ ਆ, ਹਾਂਜੀ ਪੈਸੇ ਟਾਈਮ ਸਿਰ ਆਉਂਦੇ, ਕੋਈ ਕੱਟਦਾ ਪੜਦਾ ਤੇ ਨਹੀਂ ਹੈ, ਨਹੀਂ ਕੱਟਦਾ, ਕੋਈ ਨਕਲੀ ਨਾਮ ਤੇ ਨਹੀਂ ਹੈ, ਸਭ ਅਸਲੀ ਕੰਮ ਹੈ, ਅਸਲੀ ਕੰਮ ਤੇ ਆਪੋ ਆਪਦੇ ਕੱਟਾ ਦੇ ਕਰਦੇ ਤੇ ਘਰ ਚੱਲਦਾ ਪਿਆ ਹੈਗਾ, ਚਲੋ ਕੁਛ ਚੰਗਾ ਵੀ ਹੈ, ਬਾਕੀ ਪਿੰਡਾਂ ਨਾਲੋਂ ਤਾਂ ਬੈਟਰ ਹੈ, ਤੇ ਘਰ ਕਿੰਨੇ ਆਉਂਦੇ ਜੇ ਪੀਐਮ ਜਿਹੜੀ ਯੋਜਨਾ ਹੈ, ਲਿਸਟ ਤਾਂ 279 ਜਣਾਂ ਦੀ ਬਣੀ ਹੋਈ ਹੈ ਜੀ, 279 ਦੀ ਆਏ 25 ਨੇ, ਆਏ 25 ਟਾਰਗੇਟ ਮਿਲੇ, ਤੇ ਉਹ ਕਿਦਾਂ ਵੱਧ ਸਕਦੇ ਨੇ ਦੁਬਾਰਾ, ਫਿਰ ਜੀ ਟਾਰਗੇਟ ਹਰ ਸਾਲ, ਹਰ ਸਾਲ ਹਰ ਸਾਲ 25-25 ਘਰ ਆਉਂਦੇ, ਵੱਧ ਵੀ ਆ ਸਕਦੇ ਆ, ਮੈਡਮ ਜੀ ਇਹ ਗੱਲ ਕਹਿ ਦਿੰਦੇ ਤੁਸੀਂ ਸਰਕਾਰੀ ਕਨੌਲੀਆਂ ਉੱਥੇ ਸਹੂਲਤ ਨਹੀਂ ਮਿਲਦੀ ਗੀ, ਸਾਨੂੰ ਇਹ ਗੱਲ ਕਹੀ ਜ਼ਿਮੀਂਦਾਰਾਂ ਨੇ ਪਿੰਡ 'ਚੋਂ, ਕਿੱਦਾਂ ਕਹਿੰਦੇ ਵੀ ਸਰਕਾਰੀ ਕਨੌਲੀਆਂ ਉੱਥੇ ਕੋਈ ਸਰਕਾਰੀ ਸਹੂਲਤ ਨਹੀਂ ਆ ਸਕਦੀ, ਕਹਿੰਦੇ ਗ੍ਰਾਂਟ ਵਗੈਰਾ ਨਹੀਂ ਮਿਲ ਸਕਦੀ, ਬਸ ਮਕਾਨ ਵਾਸਤੇ, ਹੋਰ ਤੇ ਕੋਈ ਨੀ, ਹੋਰ ਕੀ ਮਿਲਦਾ ਪੰਚਾਇਤ ਤੋਂ, ਕੀ ਮਿਲਦਾ, ਬਸ ਗਲੀਆਂ ਨਾਲੀਆਂ ਮਿਲਦੀਆਂ, ਖੇਡਣ ਦਾ ਮੈਦਾਨ, ਹਾਂਜੀ ਉਹ ਹੈਗਾ ਜੀ, ਆਪਣੇ ਨਾ ਸੱਥ ਹੈ ਨਾ ਮੈਦਾਨ ਹੈ, ਇਹਨੂੰ ਮੈਂ ਸੱਥ ਨਹੀਂ ਮੰਨਾਂਗੀ, ਸੋਰੀ, ਅਸੀਂ ਪਹਿਲਾਂ ਇਹ ਗੱਲ ਕੀਤੀ ਸੀ ਵੀ ਆ ਜਾਓ ਥੱਲੇ ਆ ਜਾਓ, ਜੇ ਗੋਡੇ ਠੀਕ ਹੈ ਤਾਂ ਆ ਜਾਓ, ਹਾਂ ਮੇਰੇ ਗੋਡੇ ਠੀਕ ਆ ਬਿਲਕੁਲ, ਤੁਹਾਡੇ ਵਰਗੇ ਉੱਚੇ ਨਹੀਂ ਹੈ, ਬਾਣਾ ਗੱਲ ਕਰ, ਜਿਹੜੇ ਥੱਲੇ ਬੈਠੇ ਗੱਲ ਕਰ ਲੈਣ ਸੌਖਾ ਹੈ, ਸਾਡੇ ਪਿੰਡ ਦੇ ਵਿੱਚ ਨਾ ਜੀ ਅੱਜ ਤੋਂ ਪਹਿਲਾਂ ਜਿਹੜੀਆਂ ਪੰਚਾਇਤਾਂ ਬਣੀਆਂ ਉਹਨਾਂ 'ਚ ਵਿਕਾਸ ਬਹੁਤ ਘੱਟ ਦਰ ਨਾਲ ਹੋਇਆ, ਬਹੁਤ ਘੱਟ ਹੋਇਆ, ਪਿੰਡ ਵੱਡਾ ਹੋਣ ਕਰਕੇ ਗਲੀਆਂ ਨਾਲੀਆਂ ਬਹੁਤ ਸਾਰੀਆਂ ਸੀ, ਕੱਚੇ ਰਸਤੇ ਬਹੁਤ ਸਾਰੇ ਸੀ, ਜਿਹੜੀ ਕੱਸੀ ਆ ਪਿੰਡ ਦੇ ਪਾਣੀ ਆਉਂਦਾ ਨਹਿਰੀ ਪਾਣੀ, ਉਹਦਾ ਬੁਰਾ ਹਾਲ ਆ ਜੀ, ਸਾਡੇ ਸਹੂਲਤਾਂ ਜਿਹੜੀਆਂ ਇਸ 5 ਸਾਲ ਟੱਪੇ ਆ ਸਰਪੰਚ ਨੇ, ਗਲੀਆਂ ਨਾਲੀਆਂ ਦਾ ਕੰਮ ਸ਼ੁਰੂ ਕੀਤਾ, ਗਲੀਆਂ ਨਾਲੀਆਂ ਬਹੁਤ ਬਣ ਗਈਆਂ,
ਲਗਭਗ ਜਿਹੜੀ ਕੋਈ ਫਿਰਨੀ ਰਹਿੰਦੀ ਆ 20% ਕੰਮ ਰਹਿੰਦਾ ਉਹ ਵੀ ਹੋ ਜੂਗਾ। ਸਾਡੇ ਪਿੰਡ ਛੱਪੜ ਦਾ ਬਹੁਤ ਬੁਰਾ ਹਾਲ ਆ, ਕੱਚੇ ਰਸਤੇ ਆ ਖੇਤਾਂ ਨੂੰ, ਉਹਨਾਂ ਦਾ ਬਹੁਤ ਬੁਰਾ ਹਾਲ ਆ। ਖੇਤਾਂ ਨੂੰ ਜਿਹੜਾ ਪਾਣੀ ਲੱਗਦਾ ਕੱਸੀ ਆ, ਉਹ ਬਹੁਤ ਪਾਣੀ ਪਹੁੰਚਦਾ ਹੀ ਨਹੀਂ। ਇਹ ਸਰਕਾਰ ਦੀਆਂ ਸਹੂਲਤਾਂ ਜੀ ਸਾਰੀਆਂ ਅੱਜ ਤੱਕ ਕਦੀ ਨਹੀਂ ਆਈਆਂ। ਸਰਕਾਰੀ ਸਹੂਲਤਾਂ ਵਾਸਤੇ ਅਸੀਂ ਕਿਸਾਨ ਯੂਨੀਅਨ 'ਚ ਜ਼ਿਲ੍ਹਾ ਆਗੂ ਮੈਂ, ਅਸੀਂ ਬਹੁਤ ਸਾਰੇ ਧਰਨੇ ਵੀ ਲਾਇਆ, ਕਲੱਬ ਦਾ ਵੀ ਮੈਂ ਪ੍ਰਧਾਨ ਆ ਜੀ। ਅਸੀਂ ਕਲੱਬ ਕਰਨ ਨੂੰ ਪੰਚਾਇਤ ਬਣਾਈ, ਸਾਰੇ ਲੋਕਾਂ ਨੇ ਸਹਿਯੋਗ ਦਿੱਤਾ, ਇਹਨੂੰ ਸਰਪੰਚ ਬਣਾਇਆ। ਇਹ ਸਰਪੰਚ ਨੇ ਹੁਣ ਤੀਕਰ 2-3 ਪੰਚਾਇਤਾਂ ਜਿੰਨੇ ਕੰਮ 5 ਸਾਲ 'ਚ ਹੀ ਕਰ ਦਿੱਤੇ ਆ। ਪਰ ਅੱਜ ਇਹ ਨਹੀਂ ਕਹਿ ਸਕਦੇ ਅਸੀਂ ਵੀ ਸਾਰੇ ਕੰਮ ਹੋ ਗਏ, ਅਜੇ ਵੀ ਬਹੁਤ ਸਾਰੇ ਕੰਮ ਰਹਿੰਦੇ ਆ ਜਿਹੜੇ, ਮੰਨ ਲਓ ਵੱਡੇ ਕੰਮ ਸਾਰੇ ਪਏ ਆ ਜੀ। ਸਾਡੇ ਲੋਕਾਂ ਦੀ ਸੋਚ ਹੈ ਜੀ, MLA ਸਾਡੇ ਭੋਗਤੇ ਆ ਜੀ, ਵੋਟਾਂ ਲੈਣ ਤੇ ਆਣੇ ਬੰਦੇ, ਵੋਟਾਂ ਲੈਣ ਆਏ ਸੀ, ਮੁੜ ਕੇ ਕੋਈ ਆਏਗਾ? ਅਸੀਂ ਬੁਨਿਆਦੀ ਸਹੂਲਤਾਂ ਨਹੀਂ ਮੰਗਦੇ ਜੀ, ਸਾਡੇ ਲੋਕਾਂ ਦੀ ਗਲਤੀ ਆ, ਅਸੀਂ ਆਪਦੀ ਸਹੂਲਤ ਨਹੀਂ ਮੰਗਦੇ। ਅਸੀਂ ਮੁੜਦੇ ਵੀ ਹਾਰ ਪਾ ਦਈਏ, ਅਸੀਂ ਹੱਥ ਮਿਲਾ ਕੇ ਸਾਡੇ ਭੋਗਤੇ ਆ ਜੀ। ਅਸੀਂ ਐਸਏ ਤਾਂ ਸਿਰਫ ਜਾਣਦੇ ਆ, MLA ਆ ਕਿਸੇ ਵੀ ਪਾਰਟੀ ਦਾ ਭੋਗਤੇ ਵਿਆਹ ਦੇ ਵੀ ਨਹੀਂ ਆਏ, ਉਹਨਾਂ ਦੇ ਪਿੰਡ ਹੀ ਨਹੀਂ ਆਏ, ਭੋਗ ਭਗਤ ਆਏ ਭੋਗਤੇ ਆਉਂਦੇ ਸੌਖਾ ਹੀ ਮੈਡਮ, ਭੋਗਤੇ ਨੂੰ ਸੌਖਾ, ਕਿਉਂਕਿ ਪਿੰਡ ਵਾਲੇ ਕੁਝ ਮੰਗਣਗੇ ਉਹਨਾਂ ਤੋਂ, ਆਏ ਤੋਂ MLA ਸਾਹਿਬ ਤੋਂ ਪਿੰਡ ਵਾਲੇ ਕੁਝ ਮੰਗਣਗੇ ਵੀ ਤੂੰ ਸਾਡੇ ਪਿੰਡ ਦੀ ਸਹੂਲਤਾਂ ਇਹ ਕਰੋ। ਪਰ ਉਹ ਅੱਜ ਤੀਕਰ MLA ਸਾਹਿਬ ਨੇ ਇੱਕ ਵਾਰੀ ਪਿੰਡ 'ਚ ਆ ਕੇ ਲੋਕਾਂ ਨੇ ਦੁੱਖ ਤਕਲੀਫ ਇੰਨੇ ਪਾਣੀ ਹੜ੍ਹ ਆਏ, ਇੱਕ ਵਾਰੀ ਪੁੱਛਿਆ ਨਹੀਂ, ਫਸਲਾਂ ਖਰਾਬ ਹੋ ਜਾਂਦੀਆਂ, ਕੋਈ ਕੋਈ ਨਹੀਂ ਹੈ, ਕੋਈ ਅਫਸਰ ਨਹੀਂ ਹੈ। ਸਰਪੰਚ ਆਪਣੇ ਤੌਰ ਤੇ ਕਰਾਉਂਦਾ, ਅਸੀਂ ਨਹੀਂ ਕੋਈ ਕੰਨਿਓ ਕਰਾਉਣੇ। ਸਮੱਸਿਆ ਠੀਕ ਹੈ ਜੀ, ਬਹੁਤ ਪਿੰਡਾਂ 'ਚ ਬੜੇ ਨੁਕਸਾਨ ਹੋਏ ਆ, ਪਰ ਠੀਕ ਹੈ, ਐਡਾ ਕੋਈ ਨੁਕਸਾਨ ਵਾਲੀ ਗੱਲਬਾਤ ਵੀ ਨਹੀਂ ਹੈਗੀ। ਜਿੰਨਾ ਕੁ ਆਪਣੇ ਲੈਵਲ 'ਤੇ ਸੀਗਾ ਕੰਮ, ਬਾਈ ਨਾਲ ਗੱਲ ਕਰਕੇ ਹੋ ਜਾਂਦਾ ਰਿਹਾ ਕੰਮ ਜੀ, ਕਹਿੰਦੇ ਰਹੇ ਆਉਣਗੇ, ਚਲ ਆ ਜਾਣਗੇ, ਕੋਈ ਨਹੀਂ ਫਿਰ ਆਇਆ ਕਿਹੜਾ, ਮੈਨੂੰ ਦੱਸ ਦੇ MLA ਸਾਹਿਬ ਆਉਣਗੇ ਜੀ, ਆਉਂਦੇ ਇੱਕ ਪਿਛਲਾ MLA ਆਉਂਦਾ ਸੀ, ਹਾਂ ਪੁੱਛੋ ਆਉਂਦਾ ਰਿਹਾ ਪਹਿਲਾਂ ਪਿਛਲਾ MLA ਆਉਂਦਾ। ਮੈਡਮ ਜਿਹੜੀ ਗੱਲ ਹੈ MLA ਦੇ ਆਉਣ ਦੀ, ਇਹ ਤਾਂ ਵਿਸ਼ਾ ਹੀ ਵਿਸ਼ਾ ਦਾ ਸਾਡੀਆਂ ਸਹੂਲਤਾਂ ਦਾ, ਸਾਡੇ ਲੋਕਾਂ ਦੇ ਦਿਮਾਗ 'ਚ ਕੀੜਾ ਪਾਇਆ ਵੀ MLA ਸਾਡੇ ਘਰੇ ਆਵੇ, ਕੋਈ MLA ਕੋਈ ਕਿਸੇ MLA ਦਾ ਆਉਣਾ ਜਾਂ ਨਾ ਆਉਣਾ ਮੈਂ ਨਹੀਂ ਰੱਖਦਾ ਜੀ। ਪਿੰਡ 'ਚ ਡਿਵੈਲਪਮੈਂਟ ਦੇ ਕੰਮ ਜਿਹੜੇ ਸਰਪੰਚ ਦੇ ਥਰੂ ਹੋ ਜਾਂਦੇ ਆ, ਉਹ ਮੈਂ ਰੱਖਦੇ ਆ ਜੀ। ਮਲੋਟ ਰੋਡ ਤੇ ਧਰਨਾ ਦੇ ਕੇ ਉਹ ਸਾਫ਼ ਕਰਵਾ ਕੇ ਪਾਣੀ ਚਲਵਾਇਆ ਜੀ, ਬੜਾ ਮਾੜਾ ਹਾਲ ਸੀ। ਧਰਨਿਆਂ ਬਿਨਾਂ ਕੰਮ ਨਹੀਂ ਹੁੰਦਾ? ਨਾ ਜੀ ਨਾ, ਕੋਈ ਕੰਮ ਨਹੀਂ, ਕੋਈ ਸਰਕਾਰ ਨਹੀਂ ਜੀ, ਇਹ ਬੰਦੇ ਬਦਲਦੇ ਆ, ਸਿਸਟਮ ਉਹੀ ਰਹਿੰਦਾ ਜੀ। ਆਪ ਡੀਸੀ ਦਫ਼ਤਰ ਜਾਂਦਾ ਰਿਹਾ, ਇਹ ਮੁੰਡੇ ਨੂੰ 5 ਵਾਰੀ ਆਖਿਆ, ਸਰਪੰਚ ਨੂੰ ਆਖਿਆ, ਸਰਕਾਰ ਨੇ ਤੇ ਮੇਰੀ ਝੁੱਗੀ ਆ, ਜਾ ਕੇ ਵੇਖ ਦਿਓ। ਤੇ ਜਦੋਂ ਆਉਂਦਾ ਮੀਂਹ ਤਾਂ ਕਿਤੇ ਹੁੰਦਾ, ਸਾਨੂੰ ਫਿਕਰ ਪੈਂਦੀ, ਬੋਲਣਾ ਇੱਥੇ ਬੈਠ ਕੇ ਬੋਲੋ, ਪਿੱਛੋਂ ਬੋਲਣ ਦਾ ਕੋਈ ਫਾਇਦਾ ਨਹੀਂ, ਤੁਹਾਨੂੰ ਸੁਣਿਆ ਨਾ, ਮੈਨੂੰ ਕੰਮ ਕਿਉਂ ਖੜਾ ਹੈ? ਇੱਥੇ ਬੈਠ ਕੇ ਜੋ ਬੋਲਣਾ ਬੋਲੋ ਵਾਰੀ ਵਾਰੀ। ਆਹ ਬੁੜੀ ਬੱਚੀ ਆ, ਇਹਨਾਂ ਦੇ ਬਾਰੇ ਆਖਿਆ, ਜਾ ਕੇ ਵੇਖ ਲਓ, ਸਾਡੇ ਝੁੱਗੀਆਂ ਨੂੰ ਮਕਾਨ ਪਾਏ ਆ, ਕਿਸੇ ਨੇ ਸਾਡੀ ਕਾਕੇ ਬਰਾੜ ਨੂੰ ਅਸੀਂ 20 ਵਾਰੀ ਜਾ ਕੇ ਆਖਿਆ, ਇਹਨੂੰ ਸਰਪੰਚ ਨੂੰ ਅਸੀਂ 50 ਵਾਰੀ ਆਖਿਆ, ਫਿਰ ਇਹਨੂੰ ਮੈਂ ਆ ਜਾ ਕੇ ਪੁੱਤ ਮੂੰਹ 'ਤੇ ਬੈਠਾ, ਪਿੱਛ ਪਿੱਛੇ ਹੋਰ ਗੱਲ ਹੁੰਦੀ ਆ, ਇਹਨੂੰ ਮੈਂ 50 ਵਾਰੀ ਆਖਿਆ, ਮੈਂ ਕਿਹਾ ਜਦੋਂ ਮੀਂਹ ਤਾਂ ਆਉਂਦਾ ਕਿਤੇ ਦੀ ਕਿਤੇ, ਅਤੇ ਅਸੀਂ ਪਹਿਲਾਂ ਸਾਨੂੰ ਫਿਕਰ ਬਣ ਜਾਂਦਾ ਵੀ ਕਿਵੇਂ ਖਿੜਕੇ, ਜਾ ਕੇ ਮੇਰੇ ਸਰਕਾਰ ਨੇ ਤੇ ਮੇਰੀ ਝੁੱਗੀ। ਇਹਨਾਂ ਦੀ ਮੈਡਮ ਗੱਲ ਸਹੀ ਆ, ਪਰ ਜਦੋਂ ਪਿੱਛੋਂ ਪ੍ਰੋਜੈਕਟ ਆਉਂਦਾ 25 ਘਰਾਂ ਦਾ, ਉਹ 25 ਪੈਣਗੇ, 26 ਨਹੀਂ ਪਾ ਸਕਦੀ ਪੰਚਾਇਤ। ਉਹ ਚਲੋ ਵੇਖੋ ਜਿਹੜਾ ਇਹਨਾਂ ਟਾਰਗੇਟ, ਕਿਉਂਕਿ ਇੱਕ ਮਿੰਟ ਇਹ ਲਿਸਟ ਬਣਦੀ ਆ ਜੀ, ਲਿਸਟ ਕਿਹਦੀ ਬਣਦੀ? ਸਰਕਾਰ ਦੇ ਬੰਦਿਆਂ ਦੀ। ਵੇਖੋ ਇੱਕ ਮਿੰਟ, ਜਦੋਂ ਉੱਥੇ
ਬੀਡੂ ਦਫ਼ਤਰ ਜਾਂਦੇ ਆ ਨਾ, ਉੱਥੇ ਪਹਿਲਾਂ ਕਹਿੰਦੇ ਅਕਾਲੀ ਆ ਗਏ, ਕਾਂਗਰਸੀ ਆ ਗਏ, ਉੱਥੋਂ ਲਿਸਟ ਦੇ ਟਿੱਕ, ਇੱਕ ਮਿੰਟ ਮੇਰੀ ਗੱਲ ਸੁਣੋ, ਉੱਥੋਂ ਟਿੱਕ ਮਾਰ ਹੁੰਦੀ ਹੈ ਜੀ, ਜਿਹੜੀ ਐਮ ਐਲ ਏ ਸਾਹਿਬ ਟਿੱਕ ਮਾਰ ਕਰਨਗੇ ਉਹੀ ਮਕਾਨ ਪੈਣਗੇ, ਪ੍ਰੋਪਰਟੀ ਨਹੀਂ ਪੈਂਦੇ, ਪ੍ਰੋਪਰਟੀ ਮਿਲ ਗਿਆ ਹੁੰਦੀ ਆ। ਮੈਨੂੰ ਟਾਈਮ ਹੀ ਨਹੀਂ ਗਾ ਕਿ ਦਬਾ ਨਾ ਦੇਵੇ ਕੋਈ ਪੰਚਾਇਤ, ਨਾ ਹੀ ਅਸੀਂ ਦਬਾ ਝੱਲਣਾ ਰਹੇ ਕੋਈ ਵੀ, ਉਹ ਦਬਾ ਜਦੋਂ ਅਸੀਂ ਆਉਂਦੇ ਹਾਂ ਉਦੋਂ ਅਗਲਾ ਆਉਂਦਾ ਕਰ ਦਿਆਂਗੇ ਯਾਰਾ, ਤੁਸੀਂ ਐਂ ਕਰਦੇ ਹੋ ਤੁਸੀਂ ਓਂ ਕਰਦੇ ਹੋ, ਦਬਾ ਦਬਾ ਥੱਲੇ ਨਹੀਂ ਅਸੀਂ ਰਹਿਣਾ, ਚਾਹੇ ਵੋਟਾਂ ਪੈਣ ਚਾਹੇ ਨਾ ਪੈਣ। ਇਹ ਵੇਖ ਲਓ ਜਾ ਕੇ, ਤੁਸੀਂ ਆਪ ਜਾ ਕੇ ਵੇਖੋ, ਸੱਥ ਦੇ ਵਿੱਚ ਐਮ ਐਲ ਏ ਆ ਜਾਂਦਾ, ਮੰਤਰੀ ਆ ਜਾਂਦਾ, ਉਹ ਸਾਡੀ ਕੋਈ ਗੱਲ ਮੰਨ ਕੇ ਚਲੋ ਜੀ। ਇੱਕ ਚੀਜ਼ ਤਾਂ ਆਪਾਂ ਅੱਜ ਕਰਨੀ ਹੈ, ਇੱਕ 6 ਮਹੀਨਿਆਂ ਨੂੰ ਲੋੜੀਦੀ ਹੈ, 6 ਮਹੀਨੇ ਵਾਲੀ ਪਹਿਲਾਂ ਵੇਖ ਲਓ ਤੇ ਇੱਕ ਅੱਜ ਵਾਲੀ ਛੱਡਤੀ, ਕੋਈ ਯੋਜਨਾ ਬੰਦ ਨਹੀਂ ਹੈ। ਚੱਲ ਕੇ ਵੇਖੋ ਤੁਸੀਂ, ਉੱਥੇ ਡਿੱਗਣ ਵਾਲੇ ਹੋਏ ਪਏ, ਪਾਟੇ ਪਏ ਸਾਰੇ। ਤੁਸੀਂ ਕੀ ਕਹਿੰਦੇ ਹੋ? ਇਹ ਤੇ ਬੱਚਿਆਂ ਵਾਸਤੇ ਪ੍ਰੋਬਲਮ ਹੈ ਜੀ, ਕਈ ਵਾਰੀ ਮਹਿਮਾਨ ਆਉਂਦੇ ਆ ਉਹਨਾਂ ਵਾਸਤੇ ਬੱਸ ਲੱਗਣੀ ਚਾਹੀਦੀ ਹੈ, ਮਿੰਟ ਵੇਚਦੇ ਬੱਚੇ, ਬੱਸ ਨਹੀਂ ਹੈ, ਬੱਸ ਨਹੀਂ ਆਉਂਦੀ ਇੱਥੇ, ਇੱਥੇ ਬੱਸ ਨਹੀਂ ਆਉਂਦੀ, ਇੱਥੇ ਬੱਸ ਵੀ ਨਹੀਂ ਆਉਂਦੀ, ਬੱਸ ਨਹੀਂ ਆਉਂਦੀ ਤੇ ਬੱਚੇ ਬਾਹਰ। ਸਾਡਾ ਜਿਹੜਾ ਪਿੰਡ ਆ ਨਹੀਂ, ਇਹ ਸਹੂਲਤਾਂ ਤੋਂ ਸੱਖਣਾ ਬਹੁਤ ਚਿਰਦਾ ਰਿਹਾ ਹੈ। ਇੱਕ ਵਾਰੀ ਸੰਗਤ ਦਰਸ਼ਨ ਸੀ ਇੱਥੇ ਬਾਦਲ ਸਾਹਿਬ ਨੇ ਕੀਤੇ, ਉਹ ਜੀ ਐਮ ਨੂੰ ਕਹਿ ਕੇ ਵੀ ਗਿਆ ਸੀ ਇਸ ਰੋ ਬਈ ਪਿੰਡ ਨੂੰ ਦਿਓ ਤੁਸੀਂ ਜਿਹੜੇ ਟਾਈਮ ਬੱਸਾਂ ਦੇ, ਪਰ ਉਹ ਅੱਜ ਤੱਕ ਨਹੀਂ ਹੋ ਸਕਿਆ। ਬੱਸ ਸਾਡੇ ਲੱਗ ਨਹੀਂ ਸਕਦੀ, 7 ਕਿਲੋਮੀਟਰ ਦੇ ਅੰਦਰ ਨਹੀਂ ਆਉਂਦੇ। ਅੱਛਾ, ਅੰਦਰ ਨੂੰ ਆਣੀ ਪਈ, 3 ਕਿਲੋਮੀਟਰ ਰਹਿ ਗਏ ਨਾ ਸੀ, ਕਿਤੇ ਬੱਸ ਲੱਗ ਨਹੀਂ ਸਕਦੀ। ਨਾ ਬੱਚਿਆਂ ਦੇ ਖੇਡਣ ਲਈ ਮੈਦਾਨ, ਉਹ ਕਿਉਂ ਨਹੀਂ? ਉਹ ਤਾਂ ਸਰਪੰਚ ਦਾ ਕੰਮ ਹੈ, ਤੇਰੇ ਪੰਚਾਇਤ ਦਾ ਕੰਮ ਹੈ। ਉਹ ਅਸੀਂ 2-3 ਵਾਰੀ ਇਹ ਗੱਲ ਕਹੀ ਆਈ ਵੀ ਇੱਥੇ ਸਕੂਲ ਦੇ ਨਾਲ ਨਾ ਜ਼ਮੀਨ ਦਾ ਵਟਾਂਦਰਾ ਹੁੰਦਾ ਸੀ ਵੀ ਉੱਥੇ ਲੈ ਕੇ ਤੇ ਇੱਥੇ ਇੱਕ ਗਰਾਊਂਡ ਬਣਾਇਆ ਜਾਵੇ, ਜਾਂ ਫਿਰ ਉੱਥੇ ਪੰਚਾਇਤੀ ਜ਼ਮੀਨ 'ਚ ਹੀ ਗਰਾਊਂਡ ਛੱਡਿਆ ਜਾਵੇ, ਪਰ ਅਜੇ ਤੱਕ ਹੋ ਨਹੀਂ ਸਕਿਆ। ਪਹਿਲਾਂ ਤੁਸੀਂ ਆਪਸ ਕਰਨਾ ਨਾ, ਤੁਹਾਡੇ ਬੱਚਿਆਂ ਨੇ ਖੇਡਣਾ। ਜਿਹੜਾ ਸਾਡੀ ਪੰਚਾਇਤੀ ਜ਼ਮੀਨ ਸੀ, ਪੁਰਾਣੀਆਂ ਪੰਚਾਇਤਾਂ ਨੇ ਕੋਈ ਤਾਂ ਗਰੈਂਡਾਂ 'ਤੇ 20-25 ਕਿਲ ਛੱਡਤੇ, ਜਿਹੜਾ ਫਰੰਟ ਅੱਗੇ ਹੈ ਨਹੀਂ ਜੀ, ਫਰੰਟ ਵਿੱਚ ਖੰਭੇ ਲੱਗੇ ਬਹੁਤ ਤੜੇ, 2 ਕਿਲੇ ਜਿਹੜੇ ਉਹ ਸਾਈਡ 'ਤੇ ਪਏ ਸੀ, ਉਹ 'ਚ ਖੰਭਾ ਲੱਗਿਆ ਹੋਇਆ 1.5-2 ਕਿਲੇ ਵਾਣਾ, ਉਹਦੇ 'ਤੇ ਕੁਛ ਬੰਦੇ ਨਜਾਇਜ਼ ਕਬਜ਼ਾ ਕਰੀ ਜਾਂਦੇ, ਸਾਡੇ ਪਿੰਡ ਦੀ ਸਰਪੰਚ ਸਾਹਿਬ ਕੋਲੇ ਬੈਠੇ, ਆਪਾਂ ਪੁੱਛ ਲਓ ਤੋਂ ਬਾਗ ਲਾਇਆ ਵਿੱਚ ਰੇਹ ਪਾਇਆ ਹੁੰਦੇ ਆ, ਕਿਤੇ ਕੁਛ ਕੋਈ ਪਿੰਡ ਦਾ ਬੰਦਾ ਸਾਥ ਨਹੀਂ ਦਿੰਦਾ, ਅਗਲਾ ਲੜਨ ਦੇ ਪੰਚਾਇਤ ਕੋਲ, ਜਿਹੜਾ ਇਕੱਲੀ ਪੰਚਾਇਤ ਦਾ ਕੋਈ ਵੱਸ ਨਹੀਂ ਹੁੰਦਾ, ਸਾਰਾ ਪਿੰਡ ਸਹਿਯੋਗ ਦੇਵੇ ਤਾਂ ਇੱਕ ਛੱਡ ਕੇ ਦੱਸਾਂ 10 ਕਿਲੇ ਵਾਲਾ ਪੰਚਾਇਤ ਪਿੰਡ ਵਾਲਿਆਂ ਨੇ ਆਪ ਹੀ ਕਬਜ਼ੇ ਕੀਤੇ ਹੋਏ, ਪਿੰਡ ਦੀ ਇੱਕ ਲੇਡੀ ਆ ਜੀ, ਕੋਈ ਮੈਂ ਕੋਈ ਡਰ ਕੇ ਨਹੀਂ ਕਹਿ ਰਿਹਾ ਕਿਸੇ ਤੋਂ, ਉਹ ਕਬਜ਼ਾ ਕਰ ਰਹੀ, ਸਰਪੰਚ ਨੂੰ ਪਰੇਸ਼ਾਨ ਕਰ ਰਹੀ, ਪੁੱਛ ਲਓ ਬੈਠੇ ਛੜੇ ਆ ਵਿੱਚ ਕੋਈ ਦੋ ਰਿਹਾ ਨਹੀਂ ਇਸ ਗੱਲ ਦੀਆਂ। ਇੱਕ ਜਨਾਨੀ ਨਹੀਂ ਤਾਕਤਵਰ, ਸਿਆਸੀ ਬੈਕਗ੍ਰਾਉਂਡ ਹੈ? ਨਹੀਂ ਸਿਆਸੀ ਨਹੀਂ, ਹਾਂ ਸਿਆਸੀ ਬੈਕਗ੍ਰਾਉਂਡ ਕਹਿ ਸਕਦੇ ਆਪਾਂ, ਕਹਿ ਕੇ ਸਕਦੇ ਹੈ ਜਾਂ ਨਹੀਂ ਹੈ? ਕਿਹੜੀ ਪਾਰਟੀ ਹੈ? ਅਕਾਲੀ ਦਲ ਦੀ ਹੈ। ਤੇ ਆਪ ਵਾਲੇ ਕਿੱਥੇ ਬੈਠੇ ਨੇ? ਅਕਾਲੀ ਦਲ ਦੀ ਸ਼ਹਿਰ ਤੇ ਕੰਮ ਹੋ ਰਿਹਾ ਜੀ। ਉਹ ਕਿਉਂ ਕਰਾਣਗੇ, ਉਹਨਾਂ ਨੂੰ ਕੀ ਲੋੜ ਪਈ? ਅਕਾਲੀ ਦਲ ਦਾ ਕੋਈ ਰੋਲ ਨਹੀਂ, ਅਕਾਲੀ ਦਲ ਦਾ ਜਿਹੜਾ ਬੰਦਾ ਕਰਾ ਰਿਹਾ ਤੁਸੀਂ ਨਾਲ ਲੈ ਕੇ ਦੱਸੋ ਕਿਆ ਹੈ, ਤੁਸੀਂ ਨਾਲ ਲਾਉਣਾ ਵੀ ਜਿਹੜੀ ਗੱਲ ਵੀ ਅਕਾਲੀ ਦਲ ਦਾ ਬੰਦਾ ਦੀ, ਅਕਾਲੀ ਦਲ ਦੇ ਬੰਦੇ ਆ ਜੀ, ਮੈਨੂੰ ਕੀ ਪਤਾ ਉਹ ਬੰਦਾ ਇਹ ਨਾਲ ਲੈ ਕੇ ਦੱਸੋ ਕੀ ਰੋਲ ਤੁਸੀਂ ਅਕਾਲੀ ਦਲ ਦਾ, ਅਕਾਲੀ ਦਲ ਦਾ ਕਿਹੜਾ ਬੰਦਾ ਦੱਸੋ ਰਿਹਾ, ਉਹ ਸਰਪੰਚ ਸਾਹਿਬ ਦਾ ਨਾਮ ਲੈਂਦੀ ਅਕਾਲੀ ਦਲ ਦੇ ਸਾਥ, ਨਾਮ ਲੈਣ ਨੂੰ ਤਾਂ ਜੀ ਕੋਈ ਸਾਬਕਾ ਸਰਪੰਚ ਨਹੀਂ, ਨਾਲ ਲੈਣ ਨੂੰ ਤਾਂ ਮੈਂ ਸੇਮੇ ਥੋੜਿਆ ਸੇਮੇ ਦੀ ਗੱਡੀ 'ਚ ਬੈਠੀ ਰਹਿੰਦੀ ਹੈ। ਪੁਲਿਸ ਹੈਗੀ ਹੈ ਕਿ ਨਹੀਂ ਹੈਗੀ? ਸੇਮੇ ਦੀ ਗੱਡੀ 'ਚ ਬਹਿ ਕੇ ਉਹ ਜਾਂਦੀ ਹੈ ਜਿਹੜੀ ਜਨਾਨੀ ਦੀ ਗੱਲ ਕਰਦਾ ਜੀ, ਥਾਣੇ ਤੇਰੇ ਨਾਲ ਵੇਖੀ ਹੈ ਜੀ, ਥਾਣੇ ਅਸੀਂ ਵੇਖੀ ਹੈ, ਅਸੀਂ ਆ ਮੈਂ ਥੋੜੀ ਹੁੰਦੀ ਹੈ ਗੱਡੀ ਦਾ ਨਾਂ ਜਿਹੜਾ ਬਾਕੀ ਦਾ ਨਾਂ ਨਹੀਂ ਲੈ ਸਕਦੀ, ਕਾਂਗਰਸ ਦਾ ਮੈਂਬਰ ਹੈ ਜੀ ਇਹ ਨਾਲ ਲੈ ਕੇ ਜਾਂਦਾ ਜੀ ਉਹਨਾਂ ਨੂੰ, ਇਹ ਨਵੀਂ ਪੰਚਾਇਤ ਦਾ ਮੀਟਿੰਗ ਕਰ ਰਹੇ ਆ, ਇੱਕ ਇੱਥੇ ਪੁਲਿਸ ਨਹੀਂ ਹੈਗੀ, ਆਪਸ ਦੇ ਕੰਮ ਦੇ ਨਾ ਬਣਦੀ ਨਹੀਂ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕਿਉਂ ਤੁਸੀਂ ਸ਼ਿਕਾਇਤ ਲਗਾਈ? ਸ਼ਿਕਾਇਤ ਦਿੱਤੀ ਆ, ਕਾਰਵਾਈ ਤੇ ਮਤਾ ਪਾ ਕੇ, ਪਰ ਇਹ ਵਾਲੀ ਸਰਕਾਰ ਤਾਂ ਬਹੁਤ ਪੱਕੀ ਹੈਗੀ ਵੀ ਸਾਰੇ ਕਬਜ਼ੇ ਛੜਵਾਣੇ, ਉਹਦਾ ਰੌਲਾ ਸਿਰਫ ਇਹੀ ਆ ਵੀ ਉਹਨੇ ਆਪਣਾ ਉਹ ਪੈਲੀ ਵਾਹਿਕ ਜੋ ਕਰਕੇ ਵਾਹੀ ਕੀਤੀ, ਉਹਨੇ 5 ਸਾਲ 2-3 ਸਾਲ ਉਹਨੂੰ ਵਾਹੁਣ ਵਾਸਤੇ ਮਿਲੀ, ਉਹ ਵਾਹੁੰਦੀ ਰਹੀ,
ਉਹਨੇ ਆਪਦਾ ਇੰਜਨ ਉਂਜਨ ਗੋਬਰ ਕੀਤਾ ਉਹਨੇ ਲੇ ਉਹ ਸਿਰਫ ਇਹਨਾਂ ਦਾ ਰੌਲਾ ਇਹੀ ਆ ਵੀ ਉਹ ਆਪਦੀ ਮਿਹਨਤ ਮੰਗਦੀ ਆ ਜਿਹੜਾ ਉਹਨੇ ਲੇਬਰ ਕੀਤੀ ਆ ਜਿਹੜਾ ਉਹਨੇ ਇੰਜਨ ਲਾਇਆ ਜਿਹਨਾਂ ਨੇ ਬੋਰ ਲਾਇਆ ਇਹ ਜਿਹੜੀ ਪੰਚਾਇਤ ਆ ਇਹ ਉਹਨੂੰ ਪੈਸੇ ਨਹੀਂ ਦੇ ਰਹੀ ਨਾ ਤਾਂ ਪਹਿਲਾਂ ਵਾਲੇ ਸਰਪੰਚ ਨੇ ਦਿੱਤੇ ਤੇ ਨਾ ਇਹ ਸਰਪੰਚ ਹਾਂ ਉਹਨੇ ਕੇਸ ਵੀ ਕੀਤਾ ਸਟੇ ਵੀ ਮਿਲਿਆ ਉਹਨੂੰ ਸਾਰਾ ਕੁਝ ਹੋਇਆ ਉਹਨੇ ਕਬਜ਼ਾ ਤੇ ਨਹੀਂ ਕੀਤਾ ਨਹੀਂ ਕਬਜ਼ਾ ਨਹੀਂ ਕੀਤਾ ਕਬਜ਼ਾ ਪੰਜਾਬ ਦਾ ਉਹਨੇ ਕਬਜ਼ਾ ਨਹੀਂ ਕੀਤਾ ਜਿਹੜੀ ਕਾਰਵਾਈ ਹੋਈ ਇਹ ਗੱਲ ਹੈ ਪੰਚਾਇਤ ਵੱਲੋਂ ਬਾਗ ਲਾਇਆ ਹੋਇਆ ਉਹਦੇ ਚ ਪੰਚਾਇਤਾਂ ਪੰਚਾਇਤ ਵੱਲੋਂ ਬਾਗ ਲਾਇਆ ਹੋਇਆ ਉਹਦੇ ਚ ਅਮਰੂਦ ਤੇ ਜਾਮਨ ਦੇ ਬੂਟੇ ਲੱਗੇ ਹੋਏ ਆ ਇਹਨਾਂ ਨੇ ਸੋਲਵੇ ਸੋਲੇ ਬਣ ਰਿਹਾ ਚਲੋ ਅਰਦੀ ਰਹਿੰਦੀ ਆ ਵਾਰ-ਵਾਰ ਸਾਡਾ ਰੋਲਾ ਪਾਉਂਦੀ ਆ ਪਰ ਇਹ ਸੁਲਝਾਣ ਵਾਲੀ ਗੱਲ ਹੈ ਨਾ ਹਾਂਜੀ ਇਹ ਤਾਂ ਸੁਲਝਾਣ ਵਾਲੀ ਗੱਲ ਹੈ ਕਬਜ਼ੇ ਦੀ ਗੱਲ ਨਹੀਂ ਹੁਣ ਜੀ ਪੈਸੇ ਮੰਨ ਲਓ ਜਿਹੜੇ ਦੇ ਬਣਦੇ ਉਹ ਅਸੀਂ ਨਾ ਦੇ ਸਕਦੇ ਜੀ ਸਾਡੀ ਪੰਚਾਇਤ ਨਾਲ ਜੇ ਤਾਂ ਸਾਡੀ ਪੰਚਾਇਤ ਤੋਂ ਲੈਣੋਂ ਤਾਂ ਅਸੀਂ ਦੇ ਸਕਦੇ ਆ ਜੀ ਸਾਡਾ ਰੋਲਾ ਨਹੀਂ ਹੈ ਪਿਛਲੀ ਪੰਚਾਇਤ ਨਾਲ ਹੈਗਾ ਜੀ ਦੇਖੋ ਜੀ ਹੁਣ ਪੰਚਾਇਤ ਜਿਹੜੀ ਕਿ ਪੰਚਾਇਤ ਹੀ ਦੇਊਗੀ ਨਾ ਪੈਸੇ ਹੁਣ ਪਰ ਇਹ ਤਾਂ ਸੁਝਾਇਆ ਦਾ ਸਵਾਲ ਨਹੀਂ ਹੈ ਨਾ ਪਰ ਇਹ ਥੋੜੀ ਗੱਲ ਥੋੜੀ ਗਈ ਇਹ ਥੋੜੀ ਗੱਲ ਹੋ ਗਈ ਦੂਜਾ ਸਰਪੰਚ ਕੋ ਚਲੋ ਅਸੀਂ ਆਈਏ ਇੱਥੇ ਛੱਡੋ ਫਿਰ ਆਪਾਂ ਇਹਨਾਂ ਦੇ ਪੰਚਾਇਤ ਮੈਂਬਰ ਨੂੰ ਸ਼ਹਿ ਦਿੰਦੇ ਆ ਪਤਾ ਕੀ ਹੈ ਜੀ ਉਹ ਪਰ ਨਾਂ ਨਹੀਂ ਲੈ ਸਕਦੇ ਕੋਈ ਸ਼ਹਿ ਦਿੰਦਾ ਜੀ ਉਹਦਾ ਤਾਂ ਮਸਲਾ ਜਾਂ ਸੁਲਝਾਇਆ ਜਾਓ ਜਾਂ ਤੇ ਨਹੀਂ ਬਣਦੀ ਕਾਰਵਾਈ ਕਰਵਾਈ ਕੀਤੀ ਜਾਵੇ ਜੀ ਅੱਧੇ ਦਾ ਜਾਣ ਕੇ ਖੜਿਓ ਕਰਦੇ ਆ ਅੱਧੇ ਪੰਚਾਇਤ ਨੂੰ ਸ਼ਹਿ ਦਿੰਦੇ ਵੀ ਤੁਸੀਂ ਜ਼ਮੀਨ ਨੱਪੋ ਜੀ ਅੱਧੇ ਆ ਕੇ ਮੈਂਬਰ ਆ ਕੇ ਆ ਜੀ ਸ਼ਹਿ ਹੋਰ ਕਿਸੇ ਨੇ ਨੱਪੀ ਜ਼ਮੀਨ ਸਾਹਿਬ ਬਾਕੀ ਬਹੁਤ ਸਾਰੇ ਨੇ ਬਹੁਤ 56 ਜਿਹੜੇ ਸਾਰੇ ਉਹ ਤੀਜੇ ਸਵਣੀ ਰਹਿ ਗਏ ਗਈ ਕੋਈ ਜਿਹੜੀਆਂ ਗਲੀਆਂ ਉਹ ਵੀ ਰੁਕੀਆਂ ਹੋਈਆਂ ਹੱਡਾ ਰੋੜੀ ਦੀ ਜਗ੍ਹਾ ਵੀ ਰੁਕੀ ਹੋਈ ਆ ਤੇ ਪੰਚਾਇਤੀ ਬਹੁਤ ਸਾਰੀਆਂ ਜਗ੍ਹਾਵਾਂ ਵੀ ਰੁਕੀਆਂ ਹੋਈਆਂ ਪਰ ਇਹਦੇ ਨਾਲ ਤਾਂ ਪਾਣੀ ਖੜਾ ਹੁੰਦਾ ਹੈ ਜਿੰਨੀਆਂ ਵੀ ਨਾਲੀਆਂ ਜੀ ਉਹ ਵੀ ਕਈ ਬੰਦਿਆਂ ਨੇ ਜਾਣ ਕੇ ਬੰਦ ਕੀਤੀਆਂ ਹੋਈਆਂ ਕਿਤੇ ਬਣ ਬਸ ਜੀ ਸਾਡੇ ਪਿੰਡ 'ਚ ਅਸੀਂ ਇਹ ਚਾਹੁੰਦੇ ਆ ਵੀ ਇੱਕ ਐਮ ਐਲ ਏ ਦੇ 5-7 ਅਸੀਂ ਚੇਤੇ ਵਿੱਚ ਪਾਰਟੀ ਬਾਜੀ ਹੋਵੇ ਅੱਜ ਤੋਂ 15 ਸਾਲ ਪਹਿਲਾਂ ਸਾਡੇ ਪਿੰਡ ਪਾਰਟੀ ਬਾਜੀ ਹੈ ਨਹੀਂ ਸੀ ਜੇ ਨਾਲੀ ਬੰਦ ਕਰਦੇ ਆ ਪਾਣੀ ਖੜਾ ਹੁੰਦਾ ਗੰਦਗੀ ਸਾਨੂੰ ਆਪ ਰਹਿਣਾ ਪੈਂਦਾ ਉਹਦੇ ਵਿੱਚ ਇੱਕ ਥਾਂ ਸਰਪੰਚ ਕੰਮ ਸ਼ੁਰੂ ਕਰਦਾ ਉਹ ਕੋਈ ਦੂਸਰੀ ਪਾਰਟੀ ਦਾ ਨਾ ਮੈਨੂੰ ਫਲਾਣਾ ਐਮ ਐਲ ਏ ਨਾਲ ਕੰਮ ਕਰ ਜੇ ਉਹ ਨਾ ਕਰ ਜੇ 80% ਗਲਤੀ ਜਿਹੜੀ ਸਾਡੇ ਲੋਕਾਂ ਦੀ ਸਾਡੀ ਆ ਅਸੀਂ ਆਪਸੇ ਪਾਰਟੀ ਬਾਜੀ ਕਰਕੇ ਸਰਕਾਰਾਂ ਦੇ ਦਬਾਅ ਨਹੀਂ ਬਣਾਉਂਦੇ ਅਸੀਂ ਇਕੱਠੇ ਹੋਈਏ ਤਾਂ ਕਿਸੇ ਐਮ ਐਲ ਏ ਦੀ ਪਾਵਰ ਨਹੀਂ ਵੀ ਸਾਡੇ ਪਿੰਡ 'ਚ ਕੰਮ ਨਾ ਕਰੇ ਪਰ ਅਸੀਂ ਤਾਂ ਕਹਿੰਦੇ ਹਾਂ ਕੰਮ ਇਹਦੇ ਵਾਰੀ ਨਾ ਹੋ ਜੇ ਇਹਦੇ ਨਾ ਹੋ ਜੇ ਮੇਰੇ ਕੋਲ ਵਾਟਰ ਵਰਕ ਸੀਗਾ ਜੀ ਮੈਂ 6 ਮਹੀਨਿਆਂ ਦੇ ਵਿੱਚ ਇੰਨਾ ਕੰਮ ਕੀਤਾ ਵੀ ਅੱਜ ਤੱਕ ਵਾਟਰ ਵਰਕ ਦਾ ਪਾਣੀ 1 ਦਿਨ ਨਹੀਂ ਬੰਦ ਹੋਇਆ ਆਹ ਸਰਪੰਚ ਬੈਠਾ ਪਿੰਡ ਬੈਠਾ ਕੋਈ ਬੰਦਾ ਕਹਿ ਦੇ ਮੈਂ 6 ਮਹੀਨੇ ਤਰੀਕਾਂ ਭੁਗਤੀਆਂ ਜੀ ਸਾਰਾ ਪਿੰਡ ਦੇ ਰਾਜਨੀਤਿਕ ਲੋਕ ਉਲਟ ਸੀ ਵੀ ਇਹ ਕੰਮ ਕਰ ਗਿਆ ਇਹ ਬੰਦਾ ਨੇ ਚੜ੍ਹਾਈ ਕਰ ਜੇ ਮੈਂ ਕੀ ਕਰਨਾ ਜੀ ਅਸੀਂ ਤਾਂ ਯੂਨੀਅਨ 'ਚ ਅਸੀਂ ਤਾਂ ਯੂਨੀਅਨ 'ਚ ਹੀ ਰਹਿਣਾ ਠੀਕ ਹੈ ਸਾਡੇ ਲੋਕਾਂ ਨੂੰ ਸਿਰਫ ਇਹੀ ਆ ਵੀ ਐਮ ਐਲ ਏ ਨਾਲ ਹੱਥ ਮਿਲਾ ਕੇ ਹਾਰ ਪਾ ਕੇ ਫੋਟੋ ਖਿਚਾ ਕੇ ਦੂਜਿਆਂ ਦੇ ਰੋਹ ਮਾਰ ਗਏ ਸਾਰੀਆਂ ਪਾਰਟੀਆਂ ਭੁਲਾ ਕੇ ਡਰ ਕੇ ਨਾ ਗੱਲ ਕਰਿਓ ਹਾਂਜੀ ਤੁਸੀਂ ਜੇ ਸਰਪੰਚ ਦੀ ਪੋਜੀਸ਼ਨ ਨੂੰ ਤਾਕਤਵਰ ਕਰਕੇ ਉਸ ਨੂੰ ਇਮਾਨਦਾਰੀ ਨਾਲ ਪਿੰਡ ਦੇ ਸਾਰੇ ਮਸਲੇ ਸੁਲਝਾਣੇ ਤੁਹਾਨੂੰ ਕੀ ਤਾਕਤ ਹੋਰ ਚਾਹੀਦੀ ਹੈ ਸਾਰੀ ਪੰਚਾਇਤ ਇਕਮੁੱਠ ਹੋਵੇ ਫੇਰ ਹੈ ਜੀ ਸਾਰੇ ਪੰਚਾਇਤ ਮੈਂਬਰ ਸਹਿਮਤੀ ਨਾਲ ਉਹ ਵਿੱਚ ਫਿਰ ਵੱਖੋ ਵੱਖ ਹੋ ਜਾਂਦੇ ਜਿਹੜੇ ਮੈਂਬਰ ਹੋਰ ਪਾਸੇ ਉਹ ਪਾਰਟੀਬਾਜ਼ੀ ਰਹੇਗੀ ਹਾਂਜੀ ਜੇ ਕੋਈ ਪੰਚਾਇਤ ਕੰਮ ਸਹੀ ਕਰ ਸਕਦਾ ਜਿੰਨਾ ਸਰਪੰਚ ਨੇ ਡਿਵੈਲਪਮੈਂਟ ਕੀਤਾ ਕੋਈ ਕਰ ਨਹੀਂ ਸਕਦਾ ਜੀ ਉਹਦੇ ਮੈਂਬਰ ਸੀਗੇ ਹੀ ਵਿੱਚ ਪਿੰਡ ਵਾਲੇ ਬੰਦੇ ਕਰ ਕਰੋ ਵੀ ਸਰਪੰਚ ਬਹੁਤ ਵਧੀਆ ਕੋਈ ਦੱਸੋ ਇੱਥੇ ਇੱਕ ਬੰਦਾ ਕਰੇ ਵੀ ਆਹ ਕੰਮ ਰਹੇਗਾ ਇਹਨੂੰ ਸਾਰੇ ਕੰਮ ਹੋਏਗੇ ਵਧੀਆ ਬੰਦਾ ਹੈ ਇੰਨੇ ਕੰਮ ਹੋਇਆ ਪਿੰਡ ਦੇ ਵਿੱਚ ਕਿਸੇ ਪੰਚਾਇਤ ਦੇ ਵਿੱਚ ਹੋਏ ਹੁਣ ਜਾ ਕੇ ਬੰਦਾ ਗੱਲ ਨਾਲ ਸੁਣਦਾ ਜਿਹੜੇ 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 ਸਰਪੰਚ ਜਿਹੜੇ ਪੰਚ ਕੰਮ ਨਹੀਂ ਕਰਦੇ ਉਹਨਾਂ ਨੂੰ ਕੱਢਣ ਦਾ ਰਸਤਾ ਆਉਣਾ ਚਾਹੀਦਾ ਤੈਨੂੰ ਕੀ ਸਮਝਾਂ ਨਹੀਂ ਆ ਸਾਡੀ ਜ਼ਿੰਮੇਵਾਰਾਂ ਨੇ ਮਿਲੀ ਆ ਹਾਂ ਤਾਂ ਕੁਝ ਜਾ ਲੈ ਹੱਥ ਤੱਕ ਪਿਆ ਤਾਂ ਮੇਰਾ ਹੈ ਨਹੀਂ ਗਾ ਉਹ ਕਿੱਧਰ ਜਾਵੇ ਹਾਂ ਪੰਜਾਬ ਦੀ ਜਿੱਤ ਇਹਨਾਂ ਨੇ ਬਾਗ ਲਾ ਲਿਆ ਜਿਹਦਾ ਕੁਝ ਹੈ ਨਹੀਂ ਉਹ ਕਿੱਧਰ ਜਾਣਗੇ ਜਿਹਦਾ ਕੁਝ ਹੈ ਹੀ ਨਹੀਂ ਗਾ ਜਿਹਦਾ ਪੰਚਾਇਤ ਦੀ ਪੈਲੀ ਦਾ ਗਰੀਬਾਂ ਨੂੰ ਸਹਾਰਾ ਹੁੰਦਾ ਹਾਂ ਉਹ ਚ ਤਾਂ ਇਹਨਾਂ ਨੇ ਬਾਗ ਲਾ ਲਿਆ ਤੇ ਠੇਕੇ ਨਹੀਂ ਭਰਦੀ ਪੰਚਾਇਤ ਨਹੀਂ ਭਰਦੀ ਉਹ ਚ ਗਰੀਬਾਂ ਦਾ ਕੀ ਦੋਸ਼ ਆ ਜਿਹਦਾ ਕੁਝ ਹੈ ਹੀ ਨਹੀਂ ਉਹ ਕਿੱਧਰ ਜਾਣਗੇ ਕਿਰਾਏ ਤੇ ਵੀ ਨਹੀਂ ਬੈਠਣ ਦਿੰਦਾ ਸਾਨੂੰ ਤਾਂ ਅਗਲੇ ਕਹਿੰਦੇ ਥੋਤੋਂ ਕਿਰਾਇਆ ਨਹੀਂ ਭਰਿਆ ਜਾਣਗਾ ਮੇਰੇ ਕੋਲ ਲੱਤਾਂ ਟੁੱਟੀਆਂ ਐਕਸੀਡੈਂਟ ਹੋਇਆ ਉੱਤ ਮੇਰਾ ਹਜੇ ਨਿਆਣਾ ਉਹ ਹੁਣ ਜਾ ਕੇ ਦਿਹਾੜੀ ਪੂਰੀ ਲੈਣ ਲੱਗਿਆ ਕਿੱਥੇ ਜਾਗੇ ਹਰ ਕਿੱਥੇ ਜਾਗੇ ਜਿਹੜੀਆਂ ਕਨੌਲੀਆਂ ਉਹ ਤਾਂ ਮੰਨ ਲਾ ਸਰਕਾਰੀ ਹੋ ਗਈਆਂ ਸਾਡੇ ਵਰਗੇ ਨੂੰ ਤਾਂ ਕਨੌਲੀ ਵੀ ਨਹੀਂ ਦੇ ਸਕਦੇ ਸਰਕਾਰੀ ਚ ਤਾਂ ਇਹਨਾਂ ਨੇ ਲੈ ਲਿਆ ਬਾਗ
ਉਹ ਤਾਂ ਸਾਨੂੰ ਤਾਂ ਕੋਈ ਫਾਇਦਾ ਨਹੀਂ, ਜ਼ਿਮੀਦਾਰਾਂ ਨੂੰ ਫਾਇਦਾ, ਜਦੋਂ ਵੋਟਾਂ ਦਾ ਸਹਾਰਾ ਆਉਂਦਾ ਉਹ ਤਾਂ ਆਉਂਦੇ ਆ, ਉਹ ਤਾਂ ਸਾਨੂੰ ਕਹਿੰਦੇ ਉਸੇ ਹੁਣ ਗੱਲ ਕਰਨਾ ਹੈ ਪਰ ਤੁਹਾਡੀ ਗੱਲ ਕਰਨੀ ਚਾਹੀਦੀ ਪਾਈ ਜਾਂਦੇ ਆ, ਬਸ ਹੁਣ ਅੱਡੋ ਅੱਡੀ ਵੜ ਜਾਣਗੇ ਗਲੀਆਂ 'ਚ, ਕਿਸੇ ਨੇ ਨਹੀਂ ਕੋਈ ਵੀ ਗੱਲ ਤੁਹਾਡੀ ਫੰਡ ਚੜ੍ਹਨੀ, ਕਣਕ ਸਾਡੀ 15 ਕਿਲੋ ਹੋਣ ਲੱਗ ਗਈ, 30 ਕਿਲੋ ਤੋਂ ਲੱਗੀ ਘੱਟ ਹੋ ਗਈ ਕਣਕ, ਘਰ ਨਾ ਸਾਧਨ, ਸ਼ਰਾਬ ਨਸ਼ੇ ਨਾਲ ਬੰਦੇ ਹੈ ਨੀ, ਤੇ ਫਿਰ ਕਿੱਦਾਂ ਕਰਨਗੇ, ਇਹਨਾਂ ਦਾ ਕੀ ਹਾਲ ਹੈ, ਦਿਲ ਤੇ ਵੱਡਾ ਕੱਢਣਾ ਪਏਗਾ, ਤੁਸੀਂ ਪੰਚ ਹੋ ਤੁਸੀਂ ਨਸ਼ੇ ਵਾਲੇ ਦੇ ਖਿਲਾਫ਼ ਬੋਲੇ ਸੀ, ਇੱਥੇ ਨਸ਼ਾ ਵਿਕਦਾ ਜਿੱਥੇ ਨਸ਼ਾ ਨਹੀਂ ਵਿਕਦਾ, ਕੋਈ ਪਿੰਡ ਨਹੀਂ ਗਾ ਜੀ, ਕੋਈ ਜਗ੍ਹਾ ਹੈਗੀ ਜਿੱਥੇ ਨਸ਼ਾ ਨਹੀਂ ਵਿਕਦਾ, ਗੋਲੀਆਂ ਕਿੰਨੇ ਪਾਤੀਆਂ, ਤੁਸੀਂ ਇੱਧਰ ਆ ਜਾਓ ਪਲੀਜ਼, ਆ ਜਾਓ ਪਲੀਜ਼, ਇਹ ਜਿਹੜੇ ਇਹ ਸਵਾਲ ਤੇ ਸਰਪੰਚ ਤੇ ਇਹ ਕੌਣ ਕਾਰਡ ਕੌਣ ਕੱਟਦਾ ਹੈ, ਹਾਂਜੀ ਇਹ ਕਾਰਡ ਕੌਣ ਕੱਟਦਾ ਹੈ, ਮਹਿਕਮਾ ਹੀ ਸਰਵੇ ਕਰਕੇ ਜਾਂਦਾ ਜੀ, ਇਸ ਤਰ੍ਹਾਂ ਕਟਾਏਗੀ ਪੰਚਾਇਤ ਤਾਂ ਨਹੀਂ ਕਟਾਉਂਦੀ ਜੀ, ਤੇ ਡੀਸੀ ਜਾਂ ਐਸਟੀਐਮ ਵੀਡੀਓ ਕੌਣ ਕੱਟਦਾ ਹੈ, ਨਹੀਂ ਜੀ ਮੈਂ ਤੁਹਾਨੂੰ ਦੱਸਦਾ ਇੰਸਪੈਕਟਰ ਵਾਰੀ ਨਾ ਸਰਵੇ ਕੀਤਾ ਸੀ, ਉਹ ਜਿਹੜੇ ਸਰਵੇ ਕਰਨ ਆਏ ਸੀ ਨਾ ਜੀ ਉਹਨਾਂ ਨੇ ਆਧਾਰ ਕਾਰਡ ਤਾਂ ਲੈ ਲਈ, ਨਾਲ ਜਿਹੜਾ ਫਾਰਮ ਭਰਿਆ ਨਾ ਉਹਨਾਂ ਦੀ ਸਾਰਿਆਂ ਦੀ ਆਮਦਨ ਜੀ ਦੀ 60,000 ਤੋਂ ਵੱਧ ਲਿਖਤੀ, ਉਹ ਤਕਰੀਬਨ ਸਾਰੇ ਹੀ ਕੱਟੇ ਗਏ, ਉਹ ਕਿਸੇ ਨੂੰ ਪਤਾ ਨਹੀਂ ਸੀ ਵੀ ਆਮਦਨ ਕਿੰਨੀ ਲਿਖਾਉਣੀ ਆ, ਉਹ ਆਪਦੀ ਮਰਜ਼ੀ ਨਾਲ ਲਿਖਤੀ ਉਹਨਾਂ ਨੇ ਤਾਂ ਕੱਟੇ ਗਏ, ਤੇ ਦੁਬਾਰਾ ਕਦੀ ਪੁੱਛਣ ਨਹੀਂ ਆਉਂਦੇ, ਕਦੀ ਸਰਵਰ ਨੇ ਕੀਤਾ ਨਹੀਂ, ਆਪਦੀ ਮਰਜ਼ੀ ਨਾਲ ਕਹਿੰਦੇ ਨੇ ਜਾਇਜ਼ ਵੀ ਕੱਟਦੇ ਗਏ, ਜਾਇਜ਼ ਵੀ ਕੱਟੇ ਗਏ, ਨਹੀਂ ਕਦੀ ਕੋਈ ਕੋਈ ਅਫਸਰ ਆ ਕੇ ਇੱਥੇ ਮਹੀਨੇ ਵਿੱਚ ਦੋ ਵਾਰ ਬੈਠਦਾ ਨਹੀਂ, ਕੋਈ ਨਹੀਂ ਨਾ ਜੀ, ਨਾ ਸਰਕਾਰ ਆਈ ਨੂੰ ਕਿੰਨਾ ਚਿਰ ਹੋ ਗਿਆ, ਬਹੁਤ ਲੋਕਾਂ ਨੇ ਧਰਨਾ ਵੀ ਲਾਇਆ, ਇਹਦਾ ਕੋਈ ਹੱਲ ਨਹੀਂ ਹੋਇਆ, ਗਰੀਬ ਵਿਚਾਰੇ ਧਰਨੇ ਲਾ ਲਾਂਗੇ ਮੁੜੇ, ਕੋਈ ਹੱਲ ਨਹੀਂ ਹੋਇਆ, ਰਾਸ਼ਨ ਕਾਰਡ ਬਟ ਅਫਸਰ ਚਾਹੀ ਕਦੀ ਨਹੀਂ ਆਂਦੀ ਇੱਥੇ, ਕੱਖ ਨਹੀਂ ਹੋਇਆ ਜੀ, ਕੱਖ ਕਦੀ ਕਦੀ ਕੋਈ ਐਸਡੀਐਮ ਸਾਹਿਬ ਆਏ ਸੀਗੇ ਇੱਥੇ ਆਉਂਦੇ ਆ ਗੱਲਬਾਤ ਸੁਣ ਕੇ, ਬਸ ਉਹ ਕਾਗਜ਼ਾਂ 'ਚ ਰਹਿ ਜਾਂਦੇ ਆ, ਅਸੀਂ ਜਿੰਨੀਆਂ ਮੇਨ ਮੁਸ਼ਕਲ, ਚਲੋ ਇੱਕ ਤਾਂ ਹੋ ਗਈ ਜੀ ਕਾਰਡ ਬਣਨੇ, ਆਧਾਰ ਕਾਰਡ ਬਣਨੇ, ਇਹ ਚੀਜ਼ਾਂ ਛੋਟੀਆਂ, ਪਰ ਇਹ ਇਹਨਾਂ ਦੇ ਵਿਚਾਰਿਆਂ ਦੀ ਇੰਨੀ ਜਾਣਕਾਰੀ ਨਹੀਂ ਵੀ ਕਿੱਥੋਂ ਬਣਨੇ ਆ, ਕਿਹੜੇ ਅਫਸਰ ਨੂੰ ਮਿਲਣਾ, ਕੁਛ ਸਾਡੇ ਜਿਹੜੇ ਮੋਹਤਵਾਰਾਂ ਦੀ ਕਮੀ ਰਹਿ ਜਾਂਦੀ ਆ, ਸੁਵਿਧਾ ਕੇਂਦਰ 'ਚ ਨਹੀਂ ਕਰਦੇ, ਸਾਈਟ ਬੰਦ ਆ ਹਜੇ ਤੱਕ, ਖੋਲੀ ਨੇਰੀ ਉਹ ਜਦੋਂ ਖੁੱਲੂਗੀ ਨਵੇਂ ਬਣ ਜਾਣਗੇ, ਅਜੇ ਤੱਕ ਕੋਈ ਆਰਡਰ ਨਹੀਂ ਆਇਆ ਵੀ ਨਵੇਂ ਬਣਾਉਣੇ ਆ, ਜਿਹੜਾ ਚੱਲੂਗਾ ਨਾ ਅਸੀਂ ਉਦੋਂ ਵੋਟਾਂ ਪਾਉਣਾ, ਕਿਸੇ ਨੂੰ ਕੋਈ ਸਾਡੇ ਘਰੇ ਮੰਗਣ ਆਵੇ ਵੋਟ ਨਾ ਆਵੇ, ਅਸੀਂ ਬਸ ਹਜ਼ਾਰ ਹੀ ਲਾਉਣਾ ਗਾਂ, ਜਿਹੜਾ ਬੇਚੱਕਰ ਆਵੇ ਕੋਈ, ਠੀਕ ਹੈ ਨਾ, ਜਿਹੜਾ ਕੋਈ ਸਹੂਲਤ ਹੀ ਨਹੀਂ ਮਿਲਦੀ ਕਿਸਾਨ ਤੇ ਫਿਰ ਵੋਟਾਂ ਕਾਹਤੋਂ ਪਾ ਕੇ, ਅਗਲੇ ਮੁੱਦੇ ਤੇ ਆ ਜਾਈਏ, ਅਗਲੇ ਮੁੱਦੇ ਤੇ ਆ ਜਾਈਏ, ਕਿਸੇ ਨੂੰ ਵੀ ਨਹੀਂ ਪਾਉਣਗਾ ਵੋਟਾਂ, ਬਸ ਅੱਜ ਕਹਿਦਾ ਨਾ, ਠੀਕ ਹੁਣ ਨਸ਼ੇ ਦੇ ਮੁੱਦੇ ਤੇ ਆਉਂਦੇ, ਇੱਥੇ ਨਸ਼ਾ ਵਿਕਦਾ ਹੈਗਾ, ਵਾਧੂ ਵਿਕਦਾ, ਵਾਧੂ ਕਰਦੇ, ਵਾਧੂ ਨਸ਼ਾ ਖਾਂਦੇ, ਵਾਧੂ ਵਿਕਦਾ, ਨਸ਼ੇ ਦੇ ਮੁੱਦੇ ਤੇ ਅਸੀਂ ਗਏ ਸੀ SHO ਸਦਨ ਨੂੰ ਮਿਲਿਆ, SSP ਸਾਹਿਬ ਨੂੰ ਮਿਲਿਆ ਜੀ, ਚੌਂਕੀ ਵੀ ਗਏ ਆ, ਮੈਂ ਨਾਲ ਗਿਆ ਜੀ, ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੇ ਮੁੰਡੇ ਨਸ਼ਾ ਕਰਦੇ ਆ ਉਹ ਬਿਮਾਰ ਆ, ਅੱਜ ਜਿਹੜਾ ਨਸ਼ੇ ਦੇ ਲੱਗ ਗਿਆ, ਕੋਈ ਨਹੀਂ ਚਾਹੁੰਦਾ ਮੈਂ ਨਸ਼ੇ ਦੇ ਲੱਗਾਂ, ਤੇ ਜਿਹੜਾ ਨਸ਼ੇ ਦੇ ਲੱਗਿਆ ਉਹਦੇ ਵਾਸਤੇ ਸਰਕਾਰ ਕੀ ਹੱਲ ਕਰਦੀ ਆ, ਸਾਨੂੰ ਉਹਨਾਂ ਨੇ ਜਵਾਬ ਦਿੱਤਾ ਵੀ ਨਾ ਤਾਂ ਕੋਈ ਅਜੇ ਤੱਕ ਸੈਂਟਰ ਬਣਿਆ ਜਿੱਥੇ ਅਸੀਂ ਛਡਾ ਸਕਦੇ ਹਾਂ, ਨਾ ਹੀ ਇਹਨਾਂ ਦਾ ਕੋਈ ਹੱਲ ਕਰ ਸਕਦੇ, ਨਾ ਹੀ ਇਹਨਾਂ ਨੂੰ ਮਾਲੀ ਸਹਾਇਤਾ ਦੇ ਸਕਦੇ, ਹੁਣ ਇੱਕ ਗਰੀਬ ਬੰਦਾ ਜੀ ਦਿਹਾੜੀਦਾਰ
ਉਹਨੇ ਨਸ਼ਾ ਛੱਡਣਾ ਉਹ ਕਿਵੇਂ ਛੱਡੂਗਾ? ਜਿੰਨਾ ਚਿਰ ਸਰਕਾਰ ਇਹਨਾਂ ਦੇ ਸੈਂਟਰ ਨਹੀਂ ਖੋਲਦੀ, ਹੋਸਪਿਟਲਾਂ 'ਚ ਭਰਤੀ ਨਹੀਂ ਕਰਦੀ, ਇਹਨਾਂ ਨੂੰ ਦੁੱਧ ਪਾਣੀ ਖੁਰਾਕ ਨਹੀਂ ਦਿੰਦੀ, ਉਹਨਾਂ ਚਿਰ ਇਹ ਕਹਿੰਦੇ ਅਸੀਂ ਪਰਚਾ ਕੱਟ ਦਿੰਦੇ ਹਾਂ। ਸਰਕਾਰ ਨੇ ਕਹਿਤਾ ਜੀ ਕਮੇਟੀ ਬਣਾਓ, ਪੰਚਾਇਤ ਨੇ ਕਮੇਟੀ ਬਣਾ ਦੀ, ਹੁਣ ਕਮੇਟੀ ਬਣਾ ਕੇ ਤੁਸੀਂ ਦੱਸੋ ਵੀ ਨਸ਼ਾ ਬੰਦੇ ਦਾ ਛਡਾਇਆ ਕਿਵੇਂ ਜਾ ਸਕਦਾ? ਕੁੱਟ ਕੇ ਛਡਾ ਲਾਂਗੇ ਆਪਾਂ? ਨਹੀਂ ਨਹੀਂ, ਪਰ ਇਹਨਾਂ ਦਾ ਕੀ ਹੋਇਆ ਉਸ ਤੋਂ ਬਾਅਦ? ਇਹ ਤਾਂ ਚਲੋ ਇਹਨਾਂ ਦਾ ਕੋਈ ਪਰਸਨਲ ਮਾਮਲਾ ਸੀ, ਰੰਜਿਸ਼ ਸੀ ਕਿਸੇ ਨੇ, ਰੰਜਿਸ਼ ਦੀ ਖਾਤਰ ਮੈਡਮ ਕੋਈ ਨਹੀਂ ਸੀਗੀ, ਇਹ ਸਰਪੰਚ ਮੈਂ ਰੰਜਿਸ ਕੋਈ ਨਹੀਂ ਸੀ, ਮੈਡਮ ਕੋਈ ਰੰਜਿਸ ਨਹੀਂ ਸੀ, ਸਰਪੰਚ ਸਾਹਿਬ ਨੇ ਸਾਰੀ ਪੰਚਾਇਤ ਨੇ, ਕਿਸੇ ਨਾਲ ਪਰਸਨਲੀ ਕੁਛ ਨਹੀਂ ਸੀ। ਇੱਕ ਮਿੰਟ, ਮੇਰੀ ਗੱਲ ਸੁਣ ਲਓ, ਆਹੀ ਬੰਦੇ ਸਾਰੇ ਬੈਠੇ ਨਾ ਸੀ, ਸਾਰੇ ਅਸੀਂ ਕਮੇਟੀ ਬਣਾ, ਇੱਥੇ ਗੁਰਦੁਆਰੇ ਬਣਾਏ ਨਸ਼ੇ ਪ੍ਰਤੀ, ਬਾਅਦ ਚ ਚਾਰਾਂ ਜਣਾ ਨਾ ਆ ਗਿਆ ਜੀ ਨਸ਼ਾ ਵੇਚਦੇ ਆ, ਗੋਲੀਆਂ ਆਖਿਆ ਵੀ ਤੁਸੀਂ ਸਾਡੇ ਨਾਲ ਚਲ ਆਪਾਂ ਗੱਲ ਕਰਦੇ ਆ, ਅਸੀਂ ਐਮਐਲਏ ਸਾਹਿਬ ਕੋਲ ਵੀ ਗਏ, ਇਹ ਗੱਲ ਨਸ਼ੇ ਪ੍ਰਤੀ ਅਸੀਂ ਤੁਹਾਡੇ ਪਿੱਛੇ ਤੁਰੇ ਜੀ, ਤੁਸੀਂ ਕਿਹਾ ਅਸੀਂ ਐਸਐਚਓ ਸਾਹਿਬ ਕੋਲ ਗਏ, ਐਸਐਸਪੀ ਸਾਹਿਬ ਕੋਲ ਗਏ, ਨਸ਼ਾ ਪ੍ਰਤੀ ਅਸੀਂ ਤੁਰੇ ਸੀ, ਤੁਹਾਨੂੰ ਜੇਲ੍ਹ ਪਾਤਾ? ਨਹੀਂ, ਇੱਕ ਦਿਨ ਬੈਠੇ ਆ ਜੀ, ਤੁਹਾਡੇ ਉੱਤੇ ਕੋਈ ਗੋਲੀ ਮਿਲੀ ਸੀ? ਪਾਉਂਦੇ ਸੀ, ਨਹੀਂ ਮਿਲੀ ਨਹੀਂ ਸੀ, ਘਰੋਂ ਬੈਠਾ ਮੈਂ ਤਾਂ ਗਿਆ ਜੀ, ਮੈਂ ਤਾਂ ਮਗਰ ਗਿਆ, ਮੈਂ ਹੀ ਲੈ ਗਿਆ ਉਹਨੂੰ, ਕੋਈ ਸਾਡੇ ਮੰਦਿਰ ਨੂੰ ਪੁਲਿਸ ਲਈ ਫੜ ਕੇ, ਮੈਂ ਕਿਹਾ ਵੀ ਨਜਾਇਜ਼ ਫੜ ਕੇ ਲਈ ਆ, ਜੇ ਚੱਲ ਗਿਆ, ਮੈਂ ਉਹਨੂੰ ਘਰੋਂ ਲੈ ਗਿਆ, ਅਸੀਂ ਦੋਨੇ ਹਿਮਾਚਲ ਚੋਂ ਆਏ ਹਾਂ, ਜਦੋਂ ਅਸੀਂ ਗਏ ਹਾਂ ਅੰਦਰ ਐਸਐਚਓ, ਪਹਿਲਾਂ ਐਸਐਚਓ ਸਾਹਿਬ ਆਏ ਨਹੀਂ ਸੀ, ਅਸੀਂ ਐਮਐਲਏ ਸਾਹਿਬ ਨਾਲ, ਮੈਂ ਇਹਨਾਂ ਨਾਲ ਕੋਲੇ ਗਿਆ, ਉਹਨੇ ਵੀ ਜੰਗਿਆ ਕਦੇ ਪਾਰਟੀ ਤੌਰ ਤੇ, ਇਹਨਾਂ ਨਾਲ ਮੈਂ ਗਿਆ ਐਮਐਲਏ ਸਾਹਿਬ ਨੇ ਕਿਹਾ, ਸ਼ਿਕਾਇਤ ਕਿਹਨੇ ਕੀਤੀ? ਸ਼ਿਕਾਇਤ ਸਾਨੂੰ ਤਾਂ ਰੱਬ ਨੂੰ ਪਰਮਾਤਮਾ ਨੇ, ਪਿੰਡੋ ਚ ਬੰਦੇ ਸੀਗੇ ਜੀ, ਪਿੰਡੋ ਹੀ ਬੰਦੇ ਸੀ, ਬੰਦੇ ਤੋਂ ਐਵੇਂ ਦਾ ਕੁਛ ਨਹੀਂ ਵੀ, ਜਦੋਂ ਅਸੀਂ ਗਏ ਐਮਐਲਏ ਸਾਹਿਬ ਨੇ, ਐਮਐਲਏ ਸਾਹਿਬ ਨੇ ਐਸਐਚਓ ਨੂੰ ਫੋਨ ਕੀਆ, ਤੁਹਾਨੂੰ ਸਰਪੰਚ ਸਾਹਿਬ ਮਿਲਦੇ ਆ, ਅਸੀਂ ਅੰਦਰ ਗਏ ਹਾਂ, ਐਸਐਚਓ ਸਾਹਿਬ ਬੈਠੇ ਆ, ਐਸਐਚਓ ਸਾਹਿਬ ਕਹਿੰਦੇ ਕੋਈ ਨਹੀਂ 2 ਮਿੰਟ ਮੈਨੂੰ ਬਾਹਰ ਚਲੋ, ਇੱਕ ਬਾਬਾ ਸਾਡੇ ਉਹ ਵੀ ਨਾਲ ਸੀਗੇ, ਜਦੋਂ ਅਸੀਂ ਬਾਹਰ ਆਏ ਹਾਂ ਸਰਪੰਚ ਨੂੰ ਮੋਬਾਈਲ ਫੜਾ ਦੇ ਅੰਦਰ, ਇੱਥੇ ਗੱਲ ਮੈਨੂੰ ਸਰਪੰਚ ਨੂੰ ਅਸੀਂ ਉਭਾਇਆ, ਅਸੀਂ ਕਿਹਾ ਚੱਲ ਵੈਸੇ ਸਰਪੰਚ ਨਾਲ ਗੱਲ ਕਰ ਦਿੰਦੇ ਹਾਂ, ਜਦੋਂ ਅਸੀਂ ਵਾਪਸ ਆਏ ਸਰਪੰਚ ਨੂੰ ਚੱਕ ਕੇ ਹਵਾਲਾ 'ਚ ਦਿੱਤਾ, ਤੋਂ ਬਾਅਦ ਸ਼ਾਮ ਨੂੰ 8 ਵਜੇ ਤੀਕਰ ਜਦੋਂ ਪੂਰਾ ਕੰਮ ਵਧਣ ਦੇ ਕੰਮ ਆਇਆ, ਫਿਰ ਉਹਨਾਂ ਨੇ ਛੱਡਿਆ, ਉਹ ਵੀ ਐਮਐਲਏ ਸਾਹਿਬ ਨੇ ਮਗਰੋਂ ਫੋਨ ਫਾਨ ਕੀਤੇ, ਵੀ ਉਹ ਵੀ ਅਸੀਂ ਕਿਹਾ ਜੀ ਅਸੀਂ ਧਰਨੇ ਲਾਉਂਦੇ ਹਾਂ ਜਾਂ ਸਾਨੂੰ ਪ੍ਰੂਫ ਦਿਓ ਵੀ ਸਾਡੇ ਬੰਦੇ ਕੋਲ ਲੱਭਿਆ ਕੀ ਹੈ, ਇਹ ਬਹੁਤ ਮਾੜਾ ਮੌਕੇ ਦਾ ਐਮਐਲਏ ਆ, ਬਦਲੀ ਕਰਾਈ ਤੁਸੀਂ ਮਾਰੀ ਛੱਡ ਸਕਦੇ, ਮੇਰੇ ਸਰਪੰਚ ਨੂੰ ਕਿਵੇਂ ਭਾਇਆ ਨਜਾਇਜ਼ ਭਾਇਆ, ਜੇ ਕਰਨ ਚਾ ਤਾਂ ਦੁੱਗਣੇ ਪਾਓ, ਨਜਾਇਜ਼ ਬੰਦੇ ਤੋਂ ਐਵੇਂ ਹਰਾਸਮੈਂਟ 'ਚ ਲੈਣਾ ਕੋਈ ਚੰਗੀ ਗੱਲ ਨਹੀਂ, ਇਸ ਗੱਲ ਦੀ ਨਸ਼ਾ ਨੁਸ਼ਾ ਨਹੀਂ ਪਿੰਡ 'ਚ ਵਾਧੂ ਆਈ, ਨਸ਼ਾ ਨਹੀਂ ਮੁੱਕਦਾ ਪਿੰਡ 'ਚੋਂ ਨਾ ਮੁੱਕ ਸਕੇ, ਇਹ ਕੋਈ ਸਰਕਾਰ ਨਾ ਤਾਂ ਸਰਕਾਰਾਂ ਚੋਂ ਨਸ਼ਾ ਮੁੱਕ ਸਕਦਾ ਜੀ, ਸਰਕਾਰਾਂ ਗਲਤ ਪਾਸੇ ਚੱਲ ਰਹੀਆਂ। ਕਦੀ ਪਿਛਲੇ 15 ਕਦ ਤੋਂ ਸ਼ੁਰੂ ਹੋਇਆ ਨਸ਼ਾ? ਨਸ਼ਾ ਤਾਂ ਜੀ ਜਦੋਂ ਦਾ ਜਨਮ ਲਿਆ ਮਨੁੱਖ ਨੇ, ਨਸ਼ਾ ਕੋਈ ਨਾ ਕੋਈ ਚੱਲਦਾ ਹੀ ਆ ਰਿਹਾ, ਨਸ਼ਾ ਦਾ ਰੂਪ ਬਦਲ ਜਾਂਦਾ। ਚਿੱਟਾ ਜਿਹੜਾ ਚਿੱਟਾ ਕਹਿੰਦੇ ਕਦਾਂ ਇਸ ਪਿੰਡ 'ਚ ਚਿੱਟਾ, ਸਾਡੇ ਪਿੰਡ 'ਚ 5-7 ਸਾਲ ਤੋਂ ਚੱਲ ਰਿਹਾ ਜੀ, ਘਟਨਾ ਤਾਂ ਕੀ ਵਧੂ ਹੈ ਜੀ, ਵਧੀ ਜਾਂਦਾ ਹੈ ਜਦੋਂ ਵੀ ਕਿਉਂ ਸਰਕਾਰ ਬਦਲਣਾ ਕੁਝ ਨਹੀਂ ਹੁੰਦਾ ਜੀ, ਜਿੰਨਾ ਚਿਰ ਫਰਕ ਆ ਪਿੰਡ ਵਿੱਚ ਸਰਕਾਰ, ਬਹੁਤ ਫਰਕ ਆ ਪਹਿਲਾਂ ਸੀਗਾ ਜਿਹੜਾ, ਬਹੁਤ ਫਰਕ ਆ ਜੀ ਹੁਣ, ਫਰਕ ਫੁਰਕ ਦਾ ਕੋਈ ਨਹੀਂ ਜੀ, ਫਰਕ ਫੁਰਕ ਦਾ ਕੋਈ ਨਹੀਂ, ਉਨਾ ਹੀ ਆ ਜਿੱਥੇ ਮਰਜ਼ੀ ਚੱਕ ਲਓ। ਨਸ਼ਾ ਵੇਚਣ ਵਾਲਿਆਂ ਨੇ ਜਿੰਨੀਆਂ ਸੋਲਰ ਲਾਈਟਾਂ ਦੀਆਂ ਬੈਟਰੀਆਂ ਸੀ ਕੋਈ ਨਹੀਂ ਛੱਡੀ, ਸਭ ਕੱਢ ਲਈਆਂ, ਨਸ਼ੇ ਨਸ਼ੇ ਦੇ ਆਦੀ। ਬਾਕੀ ਕੈਪਟਨ ਸਰਕਾਰ ਵੇਲੇ ਤਾਂ ਜੀ ਉਹ ਪੱਕੇ ਨਸ਼ੇ ਦੇ ਲਾਤੇ, ਵੀ ਤੜਕੇ ਉੱਠ ਕੇ ਗੋਲੀਆਂ ਲਾਓ ਤੇ ਲੈ ਜਾਓ ਕਾਰਡ ਬਣਾਤੇ ਜੀ, ਉਹ ਤਾਂ ਜਿਹੜਾ ਬੰਦਾ ਉਹ ਗੋਲੀ ਖਾਂਦਾ ਜੀਵ ਤੇ ਰੱਖਣ ਵਾਲੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਪੱਲੇ ਕੀ ਰਹਿ ਜਾਂਦਾ ਜੀ, ਉਹ ਤਾਂ ਪੱਕਾ ਨਸ਼ੇ ਤੇ ਲਾਤਾ ਜੀ, ਛਡਾਉਣਾ ਤਾਂ ਕੀ ਸੀ, ਚਾਹੀਦਾ ਤਾਂ ਇਹ ਸੀ ਵੀ ਉਹਨਾਂ ਸੈਂਟਰਾਂ 'ਚ ਜਾਂਦੀ ਗੌਰਮੈਂਟ ਉਹਨਾਂ ਨਸ਼ੇ ਛਡਾਉਂਦੀ।
ਪਰ ਉਹ ਤਾਂ ਉਹਨਾਂ ਦੇ ਕਾਰਡ ਬਣਾਤੇ ਵੀ ਜਾਓ ਤੁਹਾਨੂੰ ਗੋਲੀਆਂ ਮਿਲਣੀਆਂ ਖਾਓ। ਇੱਕ ਤੋਂ ਦੋ ਤੇ ਹੋ ਗਏ ਜੀ, ਦੋ ਤੋਂ ਅੱਧੀ ਤੇ ਨਹੀਂ ਹੋਈ। ਅਸੀਂ ਹਸਪਤਾਲ ਦਾਖਲ ਕਰਵਾਉਂਦੇ ਆ ਜਾਂ ਆਪਾਂ ਇਹਦੇ ਚ ਨਸ਼ਾ ਜਿਹੜਾ ਕਰਦਾ ਆਪਾਂ ਰੋਕ ਲੈਂਦੇ ਆ। ਜੇ ਅਸੀਂ ਉਹਨਾਂ ਨੂੰ ਕਹਿੰਦੇ ਆ ਲੈ ਸਾਡਾ ਕਰਦਾ ਕਿਹਦਾ ਢਿੱਡ ਦੋਗਾ, ਲੈ ਦੱਸ ਕੀ ਕਰ ਲਾਂਗੇ ਜੀ ਅਸੀਂ। ਮੇਰੇ ਅਖਬਾਰ ਦੇ ਸਾਹਮਣੇ ਮੁੰਡਾ ਮਰਿਆ ਜੀ, ਅਸੀਂ ਉਹਨੂੰ ਲੈ ਕੇ ਗਏ ਚੱਕ ਕੇ। ਅਸੀਂ ਉਹਨਾਂ ਨੂੰ ਪਹਿਲਾਂ ਕਿਹਾ ਵੀ ਤੁਹਾਡਾ ਮੁੰਡਾ ਨਸ਼ਾ ਕਰਦਾ, ਸਾਡੇ ਇੱਧਰ 5-6 ਮੁੰਡੇ ਸੀਗੇ ਜੀ ਉੱਧਰ, ਮੈਂ ਕਹਿੰਦਾ ਨਸ਼ਾ ਕਰਦੇ ਇਹਨੂੰ ਰੋਕੋ ਕਹਿ ਦਿਓ। ਅਤੇ ਕੁਛ ਬੰਦੇ ਮੈਂ ਕਿਹਾ ਲੈ ਤਾਂ ਵੋਟਾਂ ਮਾਰੇ ਕਰਦੇ ਆ, ਇਹਨਾਂ ਨੂੰ ਕੀ ਹੈ ਐਵੇਂ ਮਾਰੀਏ ਤਾਂ ਕਿੱਥੋਂ ਆਉਂਦਾ ਨਸ਼ਾ। ਨਾਲੇ ਇਹਨਾਂ ਨੂੰ ਸਾਰਾ ਪਤਾ ਜੀ, ਨਾਲੇ ਮਾਂ ਪਿਓ ਉਹਨਾਂ ਨੂੰ ਪੈਸੇ ਦੇ ਦਿੰਦੇ ਸੀਗੇ ਜਦੋਂ ਮਰਦੇ ਸੀਗੇ। ਕੀ ਕਰਕੇ ਗਏ ਸੀ ਉੱਥੇ? ਜਿੰਨਾ ਚਿਰ ਅਸੀਂ ਆਪ ਅਵੇਅਰ ਨਹੀਂ ਨਾ ਹੁੰਦੇ ਜੀ, ਨਸ਼ਾ ਤਾਂ ਸਾਡੇ ਬਾਹਰ 'ਚ ਆਈ, ਅਸੀਂ ਆਪਦੇ ਜਵਾਕਾਂ ਨੂੰ ਕਿਵੇਂ ਬਚਾਉਣਾ ਹੈ ਸਾਡੇ ਤੇ। ਸਾਨੂੰ ਕੂੜਾ ਵੀ ਚੁੱਕ ਸੁੱਟਣਾ ਬੰਦ ਕਰਨਾ ਪਏਗਾ, ਸਾਨੂੰ ਨਾਲੀਆਂ ਵੀ ਦੇਖੋ। ਨਹੀਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਬਈ, ਜੇ ਅਸੀਂ ਆਪ ਨਾਗਰਿਕ ਨੂੰ ਜਾਗਣਾ ਪਏਗਾ। ਦੀਵੇ ਥੱਲੇ ਹਨੇਰਾ ਹੁੰਦਾ ਜੀ, ਜਿਹਦਾ ਬੱਚਾ ਨਸ਼ੇ ਕਰਨ ਲੱਗਦਾ ਉਹਨੂੰ ਪਤਾ ਨਹੀਂ ਹੁੰਦਾ, ਦੂਜਿਆਂ ਨੂੰ ਪਤਾ ਹੁੰਦਾ। ਜੇ ਉਹ ਕਿਸੇ ਨੂੰ ਬੰਦੇ ਨੂੰ ਪਤਾ ਲੱਗਦਾ, ਉਹ ਕਿਸੇ ਦੇ ਘਰੇ ਦੱਸਣ ਜਾਂਦਾ ਨਾ, ਉਹ ਉਲਟਾ ਕਹਿੰਦਾ ਮੇਰੇ ਘਰੇ ਤੂੰ ਆਇਆ ਕਿਉਂ, ਤੇਰੇ ਬੱਚੇ ਨਹੀਂ ਕਰਦੇ। ਪਰ ਮੈਂ ਇੱਥੇ ਫੇਰ ਅੱਜ ਕਹਿੰਦਾ ਜਿਹੜੀ ਸੱਥ 'ਚ ਹੈ ਵੀ ਪਰ ਚਾਂਸ ਸਾਡਾ ਕੋਈ ਬੱਚਾ ਨਸ਼ਾ ਕਰਦਾ ਨਾ ਜੀ, ਸਾਡੇ ਘਰੇ ਜ਼ਰੂਰ ਆ ਕੇ ਦੱਸੋ ਜੀ, ਅਸੀਂ ਆਪਦੇ ਬੱਚੇ ਨੂੰ ਸੰਭਾਲ ਲਈਏ। ਜਿੰਨਾ ਚਿਰ ਅਸੀਂ ਲੋਕੇ ਰਹਿੰਦੇ ਹਾਂ ਨਾ, ਸਾਨੂੰ ਜੇ ਕੋਈ ਦੱਸਣ ਆਉਂਦਾ ਅਸੀਂ ਉਹਦੇ ਗੱਲ ਪੈ ਜਾਂਦੇ ਹਾਂ, ਉਹਨਾਂ ਚਿਰ ਅਸੀਂ ਕਵਰ ਨਹੀਂ ਕਰ ਸਕਦੇ। ਇਹ ਜਿਹੜੇ ਤੁਸੀਂ ਹਾਲਾਤ ਦੇਖ ਰਹੇ ਹੋ, ਅਸੀਂ ਜਿੰਨੀ ਸਰਕਾਰਾਂ ਆ ਸਕਦੀਆਂ ਸੀ ਅਸੀਂ ਉਹਨਾਂ 'ਚੋਂ ਲੰਘ ਗਈਆਂ ਪਿਛਲੇ 3 ਸਾਈਕਲ ਵਿੱਚ, ਆਉਣ ਵਾਲੇ ਹੁਣ ਫਿਰ ਚੋਣਾਂ ਆਉਣੀਆਂ, ਕਿੱਧਰ ਨੂੰ ਰੁਝਾਨ ਜਾ ਰਿਹਾ? ਆਪਾਂ ਜਿਹਨੂੰ ਮਰਜ਼ੀ ਚੁਣ ਲਈਏ ਜੀ, ਜਿੰਨਾ ਚਿਰ ਲੋਕ ਅਵੇਅਰ ਨਹੀਂ ਹੁੰਦੇ ਸਰਕਾਰਾਂ ਐਵੇਂ ਦੀਆਂ ਹੀ ਰਹਿਣਗੀਆਂ ਤੇ ਆਪੇ ਕੰਮ ਚੱਲਣਗੇ। ਕਿਹਨੂੰ ਬਣਾਓਗੇ? ਜਿਹਨੂੰ ਮਰਜ਼ੀ ਬਣਾ ਲਓ ਜੀ, ਕੋਈ ਫਰਕ ਨਹੀਂ, ਫਰਕ ਪੈਂਦਾ ਜੀ? ਕੁਰਸੀ ਉਹ ਕੰਮ ਮੋਦੀ ਜੀ ਬਣਨਗੇ ਪੱਕਾ 100%। ਮੋਦੀ ਐਵੇਂ ਹੀ ਬਣੂਗਾ, ਟੈਕਟ ਵੀ ਨਹੀਂ ਬਣਾਉਣਗੇ ਸਾਡੇ ਗਰੀਬ ਭਰਾ ਪਾਉਣਗੇ, ਮੋਦੀ ਨੂੰ ਕੋਈ ਗਰੀਬ ਭਰਾ ਪਾਉਣਗੇ ਸਾਡੇ। ਪ੍ਰਧਾਨ ਮੰਤਰੀ ਜੀ ਨੇ ਭਾਰਤ ਸੰਕਲਪ ਯਾਤਰਾ ਸ਼ੁਰੂ ਕੀਤੀ ਹੈ, ਉਹਦੇ ਤਹਿਤ 117 ਵਿਧਾਨ ਸਭਾ ਦੇ ਵਿੱਚ 117 ਗੱਡੀਆਂ ਆ ਰਹੀਆਂ, ਜਿਹੜੇ ਕਹਿੰਦੇ ਨੇ ਸਾਡੇ ਕਾਰਡ ਕੱਟੇ ਗਏ। ਕੋਈ ਮੋਦੀ ਨੂੰ ਵੋਟ ਨਹੀਂ ਪਾਉਂਦਾ ਜੀ, ਇਹ ਕੱਲਾ ਮੋਦੀ ਦਾ ਫੀਲ ਹੈ ਸਾਡੇ ਪਿੰਡ 'ਚ, ਕੋਈ ਆ ਸਾਡੇ ਪਿੰਡ ਨੂੰ ਸਾਰੇ ਲੋਕ ਜੱਟਾਂ ਨੂੰ ਪੁੱਛੋ, ਆ ਪੁੱਛੋ ਜੱਟਾਂ ਨੂੰ ਵੋਟ ਪਾਊਗਾ ਮੋਦੀ ਨੂੰ? ਬਈ ਨਹੀਂ ਪਾਉਂਦਾ, ਪਾਉਗੇ ਨਹੀਂ ਪਾਉਂਦਾ। ਪੰਜਾਬ 'ਚ ਮੋਦੀ ਦੀ ਸਰਕਾਰ ਨਹੀਂ ਆਉਂਦੀ ਜੀ, ਕਦੇ ਵੀ ਨਹੀਂ ਆਉਂਦੀ। 2032 ਤੁਸੀਂ ਕੱਲੇ ਪਾਓਗੇ ਪਿੰਡ 'ਚ? ਮੋਦੀ ਨੂੰ ਸਾਡਾ ਮਸਰਾ ਆਉਂਦੇ ਲੋਕਾਂ ਨੂੰ, ਇਹ ਚੋਣ ਨਹੀਂ ਪਾਉਣੀਆਂ, ਕੋਈ ਕਿਤੇ ਵੋਟਾਂ ਦਾ ਕੋਈ ਕਿਤੇ ਪਾਊਗਾ, ਕੋਈ ਪਾਊਗਾ ਵੋਟਾਂ ਦਾ ਲੈ ਕੇ ਪੂਰੀ ਕਰਦੇ ਆ। ਚਾਲੀ ਘਰ ਹੈ, ਕੋਈ ਪਾਣੀ ਦਾ ਨਿਕਾਸ ਨਹੀਂ ਹੈ, ਕੋਈ ਰੋਟੀ ਦਾ ਨਿਕਾਸ ਨਹੀਂ ਹੈ।
ਮੋਦੀ ਨੇ ਕਿਉਂ ਸਿੱਟੇ ਬਈ ਉਹ ਨਜਾਇਜ਼ ਤੌਰ ਤੇ ਇਹ ਕਹਿੰਦੇ ਪੰਚਾਇਤੀ ਜ਼ਮੀਨ ਤੇ ਸਾਰਾ ਕਬਜ਼ਾ ਹੋ ਗਿਆ, ਮਤਲਬ ਲੋਕਾਂ ਨੇ ਬਾਗਲਾ ਤਾਂ ਆਪਦੇ ਕਬਜ਼ਾ ਕਰ ਲਿਆ। ਇਹ ਕਹਿੰਦੇ ਅਸੀਂ ਗਰੀਬ ਆ, ਅਸੀਂ ਘਰ ਕਿੱਥੋਂ, ਸਾਡੇ ਘਰ ਸਾਨੂੰ ਪਲਾਟਾਂ ਦਾ ਲਾਲਚ ਦੇ ਕੇ ਵੋਟਾਂ ਲੱਗੀਆਂ, ਪਲਾਟ ਦੇ ਨਹੀਂ ਰਹੇ। ਉਹ ਕਹਿ ਰਹੇ ਨਾ ਆ ਰਹੀ ਬੈਨ ਆ ਰਹੀ ਹੈਗੀ ਹੈ। ਹਾਂਜੀ, ਜੇ ਦੇਣਗੇ ਤਾਂ ਫਿਰ ਪਤਾ ਲੱਗੂ। ਬਾਕੀ ਭੈਣ ਜੀ ਵੱਡੀ ਬੇਨਤੀ ਇਹ ਆ ਵੀ ਜਿਹੜੀ ਕਣਕ ਸਾਡੀ ਵੰਡ ਕੀਤੀ ਆ 30 ਕਿਲੋ ਵਾਲੀ, ਉਹ ਭੈਣ ਜੀਆਂ ਨੇ ਵੀ ਬੇਨਤੀ ਕੀਤੀ ਆ, ਉਹ ਸਾਡੀ ਜ਼ਰੂਰੀ ਚੱਲਣੀ ਚਾਹੀਦੀ ਹੈ। ਉਹਨਾਂ ਦੀ ਆ ਰਹੀ ਹੈ ਬੈਨ, ਭਾਵੇਂ ਸੈਂਟਰ ਦੀ ਆ ਤੇ ਭਾਵੇਂ ਕੇਂਦਰ ਸਰਕਾਰ ਦੀ ਆ। ਤੁਸੀਂ ਕੁਝ ਕਹਿਣਾ ਚਾਹੋਗੇ? ਵੋਟਾਂ ਦਾ ਚੰਗੇ ਕੰਮ ਕਿਸੇ ਪਾਰਟੀ ਨਾਲ ਕੋਈ ਸੰਬੰਧ ਨੀ, ਜਿਹੜਾ ਕੁਛ ਕੰਮ ਚੰਗੇ ਹੋਣਗੇ ਉਸ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ। ਤੁਸੀਂ ਤਵਾ ਲਾਣਾ ਸੀ? ਸਾਰਿਆਂ ਨੇ ਬੇਨਤੀ ਸੁਣਨੀ ਆ, ਮੈਂ ਜਿਹੜੀ ਗੱਲ ਕਰਨ ਲੱਗਿਆ ਇੱਕ ਮੇਰੀ ਬੇਨਤੀ ਇਹ ਸੁਣਨੀ ਆ ਵੀ ਸਾਡਾ ਪਿੰਡ ਗੋਨਿਆਣਾ ਜ਼ਿਲ੍ਹਾ ਤਹਿਸੀਲ ਮੁਕਤਸਰ ਜਿਹਦਾ ਰਸਤਾ ਕ੍ਰੋਸ ਮਲੋਟ ਨੂੰ ਹੋ ਰਿਹਾ ਜੀ, ਸਾਡੇ ਪਿੰਡ ਦੀ ਫਿਰਨੀ ਬਣੀ ਹੈ, ਸਾਡੇ ਫਿਰਨੀ ਦੇ ਉੱਤੇ ਬਹੁਤ ਜ਼ਿਆਦਾ ਮਸ਼ੀਨਰੀ ਚੱਲ ਰਹੀ ਹੈ। ਉਹ ਮਸ਼ੀਨਰੀ ਦਾ ਕਾਰਨ ਕੀ ਹੈ ਜੀ ਕਿ ਸਾਡੇ ਨਿੱਕੇ ਨਿੱਕੇ ਬੱਚੇ ਆ, ਨਿੱਕੇ ਨਿੱਕੇ ਬੱਚੇ ਆ, ਬਜ਼ੁਰਗ ਆ, ਮਾਤਾ, ਉੱਥੋਂ ਦੀ ਸਭ ਚੀਜ਼ਾਂ ਲੰਘਦੀਆਂ, ਉਹਦੇ ਉੱਤੇ ਕੋਈ ਠਹਿਰ ਨਹੀਂ ਬਣੀ। ਜਦੋਂ ਅਸੀਂ ਉਹ ਭੈਣ ਜੀ ਜਦੋਂ ਅਸੀਂ ਕੋਈ ਮੁੱਦਾ ਉਠਾਉਂਦੇ ਹਾਂ ਸਾਨੂੰ ਕਹਿ ਦਿੰਦੇ ਵੀ ਕਮੇਟੀ ਥਰੂ ਜਾਓ, ਕਮੇਟੀ ਜਾ ਕੇ ਲਿਖਾ ਕੇ ਆਓ। ਇੱਕ ਮਿੰਟ ਜੀ, ਮੈਂ ਬੇਨਤੀ ਕਰੂੰਗਾ ਇਹ ਵੀ ਸਾਨੂੰ ਇਹੀ ਕਹਿੰਦੇ ਵੀ ਕਮੇਟੀ ਕੋਲੇ ਜਾਓ, ਕਮੇਟੀ ਕੋਲੇ ਜਾ ਕੇ ਤੁਸੀਂ ਲਿਖਵਾ ਕੇ ਲਿਆਓ। ਉਹਦੇ ਵਿੱਚ ਜਦ ਤੱਕ ਕਮੇਟੀ ਸਾਨੂੰ ਉੱਥੇ ਠਹਿਰਾ ਬਣਾ ਕੇ ਦੇਵੇ ਜੀ, ਜੇ ਕਮੇਟੀ ਨਹੀਂ ਠਹਿਰਾ ਬਣਾ ਕੇ ਦਿੰਦੀ ਤਾਂ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਕਿ ਅਸੀਂ ਕੋਈ ਠਹਿਰਾ ਆਪਦੀਆਂ ਆਪ ਬਣਾ ਲਈਏ। ਕਈਆਂ ਬੱਚਿਆਂ ਦੇ ਐਕਸੀਡੈਂਟ ਹੋਏ ਆ ਜੀ, ਉੱਥੇ ਬੱਚਿਆਂ ਦੀਆਂ ਬਾਹਾਂ ਲੱਤਾਂ ਟੁੱਟੀਆਂ। ਕੋਈ ਆਰਕੀਟੈਕਟ, ਕੋਈ ਡਿਜ਼ਾਈਨਰ, ਕੋਈ ਜਿਹੜਾ ਦੱਸੇ ਕਿ ਕੁਛ ਨਹੀਂ, ਆਪ ਜੋ ਦਿਲ ਜਾਂਦਾ ਕਰ ਦਿੰਦੇ ਹੋ? ਸਾਰੇ ਕਿਸਾਨ ਭਰਾ ਬੈਠੇ, ਸਾਰੇ ਜ਼ਿਮੀਦਾਰ ਬੈਠੇ ਆ, ਕੱਸੀ ਦਾ ਏਡਾ ਮਾੜਾ ਹਾਲਾਤ ਆ, ਅੱਧੀਆਂ ਜ਼ਮੀਨਾਂ ਬਰਾਨੀ ਪਈਆਂ। ਇੱਕ ਜਿਹੜਾ ਪੋਲ ਆ ਮਲੋਟ ਰੋਡ ਤੇ ਪੋਲ ਪੈਂਦਾ, ਉਹ ਪੋਲ ਨਾਲ ਡਾਪ ਲੱਗਦੀ ਆ, ਇੰਨੇ ਧਰਨੇ ਵੀ ਲਾਏ ਕਿਸਾਨ ਯੂਨੀਅਨ ਨੇ ਨਾਲ ਲਾ ਲਾ ਕੇ। ਉਹ ਜੇ ਪੁੱਲ ਦਾ ਮਸਲਾ ਹੱਲ, ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਸਾਡੇ ਉਹ ਪੁੱਲ ਦਾ ਮਸਲਾ ਹੱਲ ਹੋ ਜੇ ਤੇ ਜਿਹੜਾ ਖੇਤਾਂ ਨੂੰ ਪਾਣੀ ਲੱਗਣ ਲੱਗ ਜੇ। ਐਮਐਲਏ ਨੂੰ ਹਾਜ਼ਰ ਹੋਣਾ ਪਏਗਾ, ਐਮਐਲਏ ਆ ਕੇ ਬੈਠੇ, ਇਹ ਸੱਥਾ ਐਮਐਲਏ ਨਾਲ ਜੇ ਤੇ ਮੈਨੂੰ ਨਹੀਂ ਆਣਾ ਚਾਹੀਦਾ। ਹਾਂਜੀ ਮੈਡਮ, ਤੁਸੀਂ ਸਭ ਕੁਝ ਕਰ ਸਕਦੇ ਹੋ, ਤੁਹਾਡੇ ਪਾਵਰ ਆ, ਤੁਹਾਡੀ ਚਾਚੀ ਚ ਇਧਰ ਕੋਈ ਕੁਝ ਕਹਿਣਾ ਚਾਹੁੰਦਾ? ਹਾਂਜੀ ਸਾਡੇ ਕੀ
ਹਰੇਕ ਪਾਸੇ ਪਿੰਡ ਚ ਇੱਕ ਮਿੰਟ ਬੋਲੋ ਨਾ ਕੋਈ ਤੂੰ ਨਾ ਬੋਲ ਤੇਰੀ ਵੀ ਗੱਲ ਕਰੂੰਗਾ ਮੈਂ ਕੱਚਾ ਰਾਹ ਸਾਰੇ ਪਿੰਡ ਗਲੀਆਂ ਨਾਲੀਆਂ ਸਭ ਬਣ ਗਈਆਂ ਸਾਡਾ 5 ਸਾਲ ਹੋ ਗਏ ਪੁੱਛ ਲਓ ਦੁਬਾਰਾ ਫੇਰ ਅਸੀਂ ਤਿਆਰ ਹਾਂ ਜੀ ਆਪਣੇ ਮੋਦੀ ਨੂੰ ਵੋਟ ਕਿਉਂ ਨੀ ਪੈ ਰਹੀ ਮੈਂ ਮੋਦੀ ਨੇ ਆਪਣੇ ਪੰਜਾਬ ਦੇ ਵਿੱਚ ਕੀਤਾ ਕੀ ਕੋਈ ਕਰਜ਼ਾ ਨੀ ਮਾਫ ਕੀਤਾ ਕਿਸਾਨਾਂ ਦਾ ਜੀ MSP ਤੋੜ ਰਹੇ ਆ ਜੀ ਇਸੇ ਕਰਕੇ ਇਹਨਾਂ ਦੀ ਵੋਟ ਘੱਟ ਰਹੀ ਹੈ ਜੀ ਆਹੀ ਗੱਲ ਸੀ ਫਸਲਾਂ ਤੇ MSP 3 ਪੱਕਾ ਨਹੀਂ ਨਾ ਜੀ ਕਿੰਨੇ ਹੁਣ ਵੀ ਕਿਸਾਨ ਧਰਨਾ ਲਾਈ ਬੈਠੇ ਚੰਡੀਗੜ੍ਹ ਵੇਖੋ ਕਿੰਨੇ ਬੈਠੇ ਆ ਸੜਕਾਂ ਤੇ ਉਹਨਾਂ ਤਰਸ ਨਹੀਂ ਆਉਂਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਵੋਟ ਨਹੀਂ ਗੀ ਕਿਸੇ ਦੇ ਮਾਂ ਪੁੱਤ ਨਹੀਂ ਗੇ ਉਹਨਾਂ ਨੂੰ ਸੋਚਣਾ ਚਾਹੀਦਾ ਵੋਟ ਬੈਂਕ ਵੇਂਦੇ ਆ ਗੱਲਾਂ ਜੀ ਹੋਰ ਕੋਈ ਕੁਝ ਬੋਲਣਾ ਚਾਹੁੰਦਾ ਪੋਤਰਾ ਮੈਂ ਚੁੱਲ੍ਹੇ ਤੇ ਰੱਖਿਆ ਸੀ ਬਗੈਰ ਥਾਂ ਤੋਂ ਨਾ ਮੇਰੇ ਮਰਲਾ ਥਾਂ ਤੇ ਨਾ ਮੇਰੇ ਜੁੱਲਾ ਤੇ ਨਾ ਮੇਰਾ ਕੋਈ ਗੱਲ ਹੀ ਨੀ ਪਿੰਡ ਦੀ ਮੈਂ ਧੀ ਭੈਣ ਆ ਚਲੋ ਜੇ ਉਹ ਇੱਕ ਕਲੋਨੀ ਮੁੰਡਾ ਰਹਿੰਦਾ ਉਹਦੇ ਕੋਠੇ ਡਿੱਗਣ ਵਾਲੇ ਤੇ ਜੇ ਇੱਧਰ ਨਹੀਂ ਰੋਟੀ ਦੇਣੀ ਤੂੰ ਉੱਧਰ ਜਾਂਦੀ ਉੱਧਰ ਨਹੀਂ ਦੇਣੀ ਇੱਧਰ ਮੈਂ ਕਈ ਵਾਰੀ ਗੁਰਦੁਆਰੇ ਖਾਂਦੀ ਕੋਈ ਬੀਬੀ ਦੀ ਆਵਾਜ਼ ਤੇ ਨਹੀਂ ਸਮਝ ਆ ਰਹੀ ਮੈਂ ਕਿਹਾ ਦਰਦ ਤੁਹਾਨੂੰ ਸਮਝ ਆ ਰਿਹਾ ਹੋਏਗਾ ਸਾਰੀਆਂ ਬੀਬੀਆਂ ਕੁਛ ਉੱਚੀ ਬੋਲੀਆਂ ਕੁਛ ਬੋਲ ਹੀ ਨਹੀਂ ਪਾਈਆਂ ਬਟ ਉਹੀ ਹੋਇਆ ਕਿ ਤੁਸੀਂ ਇੱਕ ਪਿੰਡ ਵਿੱਚ ਯੋਜਨਾ ਬੰਦ ਕੋਈ ਨਹੀਂ ਹੈ ਦੂਜਾ ਗਰੀਬਾਂ ਦਾ ਕੋਈ ਤੁਹਾਨੂੰ ਜੇ ਗਰੀਬ ਹੀ ਇੰਨੇ ਜ਼ਿਆਦਾ ਨੇ ਜੇ ਉਹ 25-25 ਕਰਕੇ ਘਰ ਦੇਵਾਂਗੇ ਤਾਂ ਕਿਸ ਤਰ੍ਹਾਂ ਗੁਜ਼ਾਰਾ ਹੋਏਗਾ ਗਰੀਬ ਕਿੱਦਾਂ ਆਉਣ ਵਾਲਾ ਮੌਸਮ ਠੰਡ ਦਾ ਕਿਸੇ ਦੇ ਛੱਤ ਨਹੀਂ ਹੈਗੀ ਹੈ ਕਿੱਦਾਂ ਕੱਢਣਗੇ ਸੋ ਇਹ ਸੋਚਣਾ ਵੀ ਕੰਮ ਹੈਗਾ ਔਰ ਸਾਡੇ ਜੋ ਸਾਰੇ ਪਿੰਡ 'ਚੋਂ ਆਵਾਜ਼ ਨਿਕਲ ਕੇ ਆਈ ਹੈ ਕਿ MLA ਸਾਹਿਬ ਹਾਜ਼ਰ ਹੋਣ ਇੱਥੇ ਆ ਕੇ ਬੈਠਣ DC ਆਏ SDM ਆਏ ਜਦ ਆਏ ਤਾਂ ਆਪਣਾ ਕੰਮ ਸਿਰਫ ਲਿਖਣਾ ਨਹੀਂ ਉਹਨੂੰ ਖਤਮ ਕਰਕੇ ਜਾਣ ਜਿਹਦੇ ਕਾਰਡ ਨਹੀਂ ਹੈ ਜਿਹਨੂੰ ਦਵਾਈ ਨਹੀਂ ਮਿਲ ਰਹੀ ਜੇ ਤੁਸੀਂ ਅਫਸਰਸ਼ਾਹੀ ਕੰਮ ਨਹੀਂ ਕਰੋਗੇ ਤਾਂ ਫਿਰ ਇੱਥੇ ਤਾਂ ਹਾਲਤ ਮਾੜੀ ਹੋਰ ਹੁੰਦੀ ਜਾਵੇਗੀ ਸੋ ਮੈਂ ਇਸ ਬੀਬੀ ਦੀ ਤੁਸੀਂ ਜੇ ਦੇਖ ਸਕਦੇ ਹੋ ਉਹਦੀਆਂ ਅੱਖਾਂ ਵਿੱਚ ਦਰਦ ਮੇਰੇ ਖਿਆਲ ਇਸ ਤੋਂ ਬਾਅਦ ਹੋਰ ਕੁਛ ਕਹਿਣ ਦੀ ਲੋੜ ਨਹੀਂ ਹੈ ਜੇ ਤੁਸੀਂ ਇਹਨਾਂ ਦੀ ਅੱਖਾਂ ਦਾ ਦਰਦ ਸਮਝ ਸਕਦੇ ਹੋ ਤਾਂ ਮੇਰੇ ਖਿਆਲ MLA ਸਾਹਿਬ ਅਤੇ DC ਸਾਹਿਬ ਅਤੇ ਬਾਕੀ ਸਾਰੇ ਜ਼ਰੂਰ ਇੱਥੇ ਹਾਜ਼ਰ ਹੋਣਗੇ ਅਤੇ ਦੇਖਣਗੇ ਇਸ ਪਿੰਡ ਗੁਆਨਾ ਵਿੱਚ ਹੱਲ ਨਿਕਲਣ ਇਹਨਾਂ ਦੇ ਦਰਦ 'ਤੇ ਮਲਮ ਲੱਗਿਆ ਜਾਵੇ